ਜਸਟੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਅਕਸਰ ਤੁਸੀਂ ਸਟੂਡੀਓ ਦੇ ਵਿੱਚ ਟੂ ਦਾ ਪੁਆਇੰਟ ਡਿਬੇਟ ਦੇਖਦੇ ਹੋ, ਪਰ ਅੱਜ ਅਸੀਂ ਕਿਸਾਨ ਭਵਨ ਵਿੱਚ, ਕਿਸਾਨ ਭਵਨ 'ਚ ਇਸ ਕਰਕੇ ਕਿਉਂਕਿ ਇੱਥੇ ਕਿਸਾਨਾਂ ਦੀ ਗੱਲ ਹੋ ਰਹੀ ਹੈ, ਉਸ ਅੰਨਦਾਤਾ ਦੀ ਗੱਲ ਹੋ ਰਹੀ ਹੈ ਜਿਸ ਨੂੰ ਅਸੀਂ ਅੰਨਦਾਤਾ ਸਿਰਫ ਕਹਿੰਦੇ ਹਾਂ, ਨਾਮ ਦਾ ਹੀ ਕਹਿ ਰਹੇ ਹਾਂ, ਪਰ ਉਸ ਦੇ ਨਾਲ ਇੱਕ ਅਨਿਆਏ ਪਹੁੰਚਾ ਰਿਹਾ ਜੋ ਅੰਨਦਾਤਾ ਨੂੰ ਸ਼ਿਕਾਇਤ ਹੈ। ਇਸੇ ਕਰਕੇ ਕਿਸਾਨਾਂ ਨੇ ਇੱਥੇ ਸਿਆਸਤਦਾਨਾਂ ਨੂੰ ਸੱਦਿਆ ਅਤੇ ਸਿਆਸਤਦਾਨਾਂ ਨਾਲ ਵਿਚਾਰ ਵਟਾਂਦਰਾ ਹੋਇਆ। ਸਿਆਸਤਦਾਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਵੀ ਕੀਤੇ, ਦਾਅਵੇ ਵੀ ਕੀਤੇ, ਬਹੁਤ ਕੁਛ ਹੋ ਕਹਿ ਕੇ ਚਲੇ, ਪਰ ਉਸ ਤੋਂ ਬਾਅਦ ਇੱਕ ਸਵਾਲ ਜਿਹੜਾ ਬਾਕੀ ਰਹਿੰਦਾ ਕਿ CSEP ਜਿਹੜੀ ਰਿਕਮੈਂਡੇਸ਼ਨਸ ਦੇ ਰਹੀ ਹੈ, ਉਸ ਰਿਕਮੈਂਡੇਸ਼ਨਸ ਨਾਲ ਪੰਜਾਬ ਹਰਿਆਣਾ ਨੂੰ ਕੀ ਖਤਰਾ ਹੈਗਾ, ਪੰਜਾਬ ਹਰਿਆਣਾ ਦੀ ਸੋਸ਼ਲ ਸਿਕਿਉਰਿਟੀ ਨੂੰ ਕੀ ਖਤਰਾ ਹੈਗਾ, ਫੂਡ ਸਿਕਿਉਰਿਟੀ ਨੂੰ ਕੀ ਖਤਰਾ ਹੈਗਾ। ਬਹੁਤ ਸਾਰੇ ਇਹੋ ਜਿਹੇ ਸਵਾਲ ਹੈ, ਫੂਡ ਸਿਕਿਉਰਿਟੀ ਪੂਰੇ ਮੁਲਕ ਦਾ ਸਵਾਲ ਹੈ, ਸੋਸ਼ਲ ਸਿਕਿਉਰਿਟੀ ਪੰਜਾਬ ਹਰਿਆਣਾ ਦਾ ਬਹੁਤ ਵੱਡਾ ਸਵਾਲ ਹੈ। ਇਸ ਸਵਾਲ 'ਤੇ ਚਰਚਾ ਕਰਨ ਦੇ ਲਈ ਅਸੀਂ ਇੱਥੇ ਬੈਠੇ ਹਾਂ ਅਤੇ ਚਰਚਾ ਕਿਸਾਨਾਂ ਦੀ। ਅਤੇ ਪੈਨਲ ਸਾਡਾ ਮੌਜੂਦ ਹੈਗਾ, ਉਸ ਪੈਨਲ ਤੁਹਾਡਾ ਤਾਰਫ ਕਰਾ ਰਿਹਾ। ਇਹ ਪੈਨਲ ਆਪਣੇ ਆਪ ਇਹ ਸੰਪੂਰਨ ਪੈਨਲ ਹੈ ਜਿਹੜਾ ਕਿ ਪੈਨਲ ਦੱਸ ਸਕਦਾ ਕਿ ਅਸਲ ਮੁੱਦਾ ਹੈ ਕੀ ਹੈ ਅਤੇ ਅਸੀਂ ਜਾ ਕੇ ਕਰ ਰਹੇ ਹਾਂ। ਦਵਿੰਦਰ ਸ਼ਰਮਾ ਸਾਹਿਬ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਅਤੇ ਅਕਸਰ ਕਿਸਾਨੀ ਦੇ ਮਸਲਿਆਂ ਬਾਰੇ ਲਿਖਦੇ ਰਹਿੰਦੇ ਨੇ, ਬੋਲਦੇ ਰਹਿੰਦੇ ਨੇ ਅਤੇ UN ਤੱਕ ਇਹ ਜਾ ਰਹੇ ਆ, ਹੋਰ ਅਸੈਂਬਲੀਆਂ ਦੇ ਵਿੱਚ ਇਹਨਾਂ ਦੇ ਭਾਸ਼ਣ ਸੁਣੇ ਜਾਂਦੇ ਆ ਅਤੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਮੁੱਦਾ ਹੈ ਕੀ ਹੈ ਜਾਂ ਬਣਾਇਆ ਜਾ ਰਿਹਾ। ਸ਼ਰਮਾ ਜੀ ਤੁਹਾਡਾ ਬਹੁਤ ਸਵਾਗਤ। ਕੁਲਤਾਰ ਸੰਧਵਾ, ਆਮ ਆਦਮੀ ਪਾਰਟੀ ਦੇ ਵਿਧਾਇਕ ਹੈ, ਕੁਲਤਾਰ ਸੰਧਵਾ ਹਰਾ ਦਾ ਜਿਹੜਾ ਪਿਛੋਕੜ ਆ ਉਹ ਕਿਸਾਨੀ ਹੈ ਅਤੇ ਸਰਪੰਚੀ ਤੋਂ ਇਹ ਵਿਧਾਇਕ ਦੇ ਅਹੁਦੇ ਤੱਕ ਪਹੁੰਚੇ ਆ। ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਦੇ ਵਿੱਚ ਕੋਈ ਸਿਆਸਤ ਤਾਂ ਨਹੀਂ ਕਰ ਰਹੀ, ਜਾਂ ਉਸ ਸਿਆਸਤ ਦੇ ਵਿਚਾਲੇ ਇਹਨਾਂ ਨੂੰ ਮੁੱਦੇ ਦੀ ਸਮਝ ਹੈ ਕਿ ਇਹ ਮੁੱਦਾ ਕਿਸ ਤਰੀਕੇ ਨਾਲ ਚੱਕਣਗੇ ਅਤੇ ਜੇ ਸਰਵ ਪਾਰਟੀ ਕੋਈ ਬੈਠਕ ਹੁੰਦੀ ਹੈ ਉਸ ਦੇ ਵਿੱਚ ਇਹਨਾਂ ਦਾ ਸਟੈਂਡ ਕੀ ਰਹੇਗਾ। ਕੁਲਤਾਰ ਸੰਧਵਾ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਰਵ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਬਲਵੀਰ ਸਿੰਘ ਰਾਜੇਵਾਲ, ਇਹ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨੇ ਅਤੇ ਰਾਜੇਵਾਲ ਸਾਹਿਬ ਹਰਾਂ ਦਾ ਪਿਛੋਕੜ ਇਹ ਕਹਿੰਦਾ ਕਿ ਜਿਹੜਾ ਕਿਸਾਨ ਜਿਹਨੂੰ ਜਿੰਨੀ ਜਾਣਕਾਰੀ ਹੋਣੀ ਚਾਹੀਦੀ ਹੈ ਉਹ ਇਹੋ ਜਿਹਾ ਕਿਸਾਨ ਹੋਣਾ ਚਾਹੀਦਾ, ਇਹੋ ਜਿਹਾ ਕਿਸਾਨ ਆਗੂ ਹੋਣਾ ਚਾਹੀਦਾ ਜਿਹੜਾ ਮੁੱਦਿਆਂ ਨੂੰ ਸਮਝਦਾ ਹੋਵੇ, ਮੁੱਦਿਆਂ ਦੀ ਗੱਲ ਰੱਖ ਸਕਦਾ ਹੋਵੇ। ਅਤੇ ਰਾਜੇਵਾਲ ਸਾਹਿਬ ਨੇ ਇੱਕ ਬੜਾ ਵੱਡਾ ਇਹ ਪਲੇਟਫਾਰਮ ਤਿਆਰ ਕੀਤਾ ਜਿੱਥੇ ਸਿਆਸਤਦਾਨ ਅਤੇ ਕਿਸਾਨ ਆ ਜਿਹੜੇ ਉਹ ਸਾਂਝੇ ਰੂਪ ਵਿੱਚ ਗੱਲ ਕਰ ਸਕਣ ਅਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਜਿਹੜੀਆਂ ਉਹ ਸਿਰ ਜੋੜ ਸਕਣ। ਪਰ ਇਹਨਾਂ ਨਾਲ ਇੱਕ ਗਿਲਾ ਵੀ ਰਹਿ ਗਿਆ ਇੱਥੇ ਕਿ ਸਾਰੀਆਂ ਯੂਨੀਅਨਾਂ ਜਿਹੜੀਆਂ ਕਿਸਾਨ ਯੂਨੀਅਨ ਕਿਸਾਨ ਜਥੇਬੰਦੀਆਂ ਉਹ ਇਕੱਠੀਆਂ ਨਹੀਂ ਹੋ ਪਾ ਰਹੀਆਂ, ਉਹਨਾਂ ਲਈ ਕੀ ਕਰਨਗੇ, ਸੰਸਦ ਤੱਕ ਕਿਵੇਂ ਜਾਣਗੇ, ਪ੍ਰਧਾਨ ਮੰਤਰੀ ਸਾਹਿਬ ਤੱਕ ਕਿਵੇਂ ਪਹੁੰਚਣਗੇ, ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਰਾਜੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਰਵਿੰਦਰ ਚੀਮਾ ਜੀ, ਇਹ ਆਰਟੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਪਿਛੋਕੜ ਅਤੇ ਵਰਤਮਾਨ ਵੀ ਹੈਗਾ, ਪਰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਹ ਕੁਛ ਕਰ ਸਕਦੇ ਕਿ ਨਹੀਂ ਕਰ ਸਕਦੇ, ਜਾਂ ਸ਼੍ਰੋਮਣੀ ਅਕਾਲੀ ਦਲ ਸਿਰਫ ਕਿਸਾਨ ਹਿਤੈਸ਼ੀ ਨਾਮ ਦੀ ਪਾਰਟੀ ਰਹਿ ਜਾਵੇ ਕਿ, ਇਹ ਸਵਾਲ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੇਂਦਰ ਵਿੱਚ ਪਾਈਵਲ ਹੈ ਅਤੇ ਕੇਂਦਰ ਦੇ ਉੱਤੇ ਇਸ ਮੁੱਦੇ ਦੇ ਨਾਲ ਇਹ ਕਿਸ ਤਰੀਕੇ ਨਾਲ ਵਿਚਾਰ ਕਰਨ ਦਾ ਕਰ ਸਕਦੇ ਆ, ਕਿਉਂਕਿ ਮੁੱਦਾ ਗੰਭੀਰ ਹੈ। CSEP ਹੈ ਕੀ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਚੀਵਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਰਾਜੇਵਾਲ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਰਾਜੇਵਾਲ ਸਾਹਿਬ, ਇਸ ਮੁੱਦੇ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ, ਤੁਸੀਂ ਕਹਿ ਰਹੇ ਹੋ ਕਿ ਪੰਜਾਬ ਬਰਬਾਦ ਹੋ ਜਾਊਗਾ ਅਤੇ ਕਿਸਾਨ ਦਿਹਾੜੀ ਕਰਨ ਲੱਗ ਪਊਗਾ, ਇਹਨੂੰ ਕਿਵੇਂ ਸਮਝਿਆ ਜਾਵੇ? ਦੇਖੋ, ਪੰਜਾਬ 'ਚ 130 ਲੱਖ ਟਨ ਕਣਕ ਪੈਦਾ ਹੁੰਦੀ ਹੈ, ਛੋਟਾ ਜਿਹਾ ਸੂਬਾ, 180 ਲੱਖ ਟਨ ਝੋਨਾ ਪੈਦਾ ਹੁੰਦਾ, ਦੋਵੇਂ ਮੇਨ ਕ੍ਰੋਪਸ ਨੇ। ਅਤੇ ਜਿਹੜੀ ਨੀਤੀ ਕੇਂਦਰ ਸਰਕਾਰ ਹੁਣ ਅਪਣਾ ਰਹੀ ਹੈ ਉਹ ਹੌਲੀ ਹੌਲੀ ਸਟੈਪ ਬਾਈ ਸਟੈਪ ਅੱਗੇ ਵੱਧਦੀ ਜਾ ਰਹੀ ਹੈ ਮੰਡੀ ਤੋੜਨ ਵਾਸਤੇ ਪੰਜਾਬ 'ਚੋਂ। ਪੰਜਾਬ ਦਾ ਮੰਡੀਕਰਨ ਢਾਂਚਾ ਦੁਨੀਆ ਦੇ ਸਭ ਤੋਂ ਵਧੀਆ ਮੰਡੀਕਰਨ ਢਾਂਚੇ ਦੇ ਵਿੱਚੋਂ ਹੈ। ਉਹ ਕਦੇ ਤਾਂ ਆੜ੍ਹਤੀਆਂ ਦੇ ਉੱਤੇ ਅਟੈਕ ਤਾਂ ਕਿ ਇੱਕ ਕੜੀ ਟੁੱਟੇ, ਫਿਰ ਉਹਦੇ ਬਾਅਦ ਸਿੱਧੀ ਪੇਮੈਂਟ ਕਰਦੇ ਕਰਾਉਂਦੇ, ਹੁਣ ਉਹ ਇੱਥੇ ਆ ਗਏ ਭਈ। ਉਹ ਕਹਿੰਦੇ ਨੇ ਵੀ ਅਸੀਂ ਕਣਕ ਖਰੀਦਣੀ ਨਹੀਂ, ਕਿਤੇ ਤਾਂ ਇਹ ਚੱਲ ਰਹੀ ਹੈ ਚਰਚਾ ਵੀ ਅਸੀਂ 16 ਕੁਇੰਟਲ ਪਰ ਏਕੜੇ ਖਰੀਦਣੀ ਹੈ, ਜਿਹੜੀ ਫਾਲਤੂ ਆਪਣੀ ਜਿੱਥੇ ਮਰਜ਼ੀ ਵੇਚੋ। ਕਿਤੇ ਇਹ ਚੱਲ ਰਹੀ ਹੈ ਵੀ ਸਰਕਾਰ ਕਾਰਪੋਰੇਟ ਹਾਊਸਿਸ ਨੇ ਰਿਕਮੈਂਡੇਸ਼ਨ ਸੀ, ਤੁਸੀਂ ਪਹਿਲਾਂ ਕੋਈ ਖਬਰ ਆ ਗਈ? ਨਹੀਂ, ਰਿਕਮੈਂਡੇਸ਼ਨ ਹੈ, ਉਹ ਤਾਂ ਇੰਪਲੀਮੈਂਟ ਕਰਨ ਨੂੰ ਤਿਆਰ ਨੇ, ਹੁਣੇ ਤਿਆਰ ਨੇ ਇੰਪਲੀਮੈਂਟ ਕਰਨ ਨੂੰ, ਔਰ ਉਹ ਇੱਥੇ ਕੋਈ ਸਪੇਸ ਨਹੀਂ ਲਾਉਣ ਨੂੰ, ਕੁਛ ਨਹੀਂ। ਤਾਂ ਸਾਨੂੰ ਇਹ ਲੱਗਦਾ ਵੀ ਇਹ ਜੇ ਪੰਜਾਬ 'ਚੋਂ ਮੰਡੀ ਤੋੜ ਦਿੱਤੀ ਉਹਨਾਂ ਨੇ, ਅਸੀਂ MSP 'ਤੇ ਖਰੀਦਣਾ ਬੰਦ ਕਰ ਦਿੱਤਾ, ਤਾਂ ਇੰਨੀ ਬੁਰੀ ਤਰ੍ਹਾਂ ਰੇਟ ਕ੍ਰੈਸ਼ ਕਰਨਗੇ, ਅੱਧਾ ਰਹਿ ਜਾਊਗਾ। ਕਣਕ ਔਰ ਝੋਨਾ ਦੋਨਾਂ ਦੀ ਜਿਹੜੀ ਅੱਜ ਦੀ ਕੀਮਤ ਹੈ ਉਹ 55,000 ਕਰੋੜ ਹੈ। ਜੇ 55,000 ਕਰੋੜ 'ਚੋਂ ਅੱਧ ਉੱਡ ਗਿਆ ਤਾਂ 27,000 ਕਰੋੜ ਨਾਲ ਕਿਸਾਨ ਤਾਂ ਮਰਨਾ ਹੀ ਮਰਨਾ ਹੈ, ਉਹਦੇ ਨਾਲ ਬਾਜ਼ਾਰ ਵੀ ਡੁੱਬ ਜਾਏਗਾ, ਕਿਉਂਕਿ ਜੋ ਅਸੀਂ ਪੈਦਾ ਕਰਦੇ ਹਾਂ ਸਮਾਜ ਦੀ ਸੋਸ਼ਲ ਸਿਕਿਉਰਿਟੀ ਹੈ, ਇਹਦੇ ਨਾਲ ਸਾਰੇ
अनइंप्लॉयमेंट होएगी, जॉब्स क्रिएट हो जाएंगियां, इदे लई असीं अज इत्थे सारियां पोलीटिकल पार्टियां। चलो मैं वापस जाऊंगा राजवा साहब, मैं वापस आऊंगा। अदित्य शर्मा साहब, बहुत साधारण शब्दों में वैसे तुसीं समझाउंदे हो, पर मैनूं एक चीज समझा दो कि पंजाब हरियाणा पूरे मुल्क नालों वख खड़ा क्यों दिखाई दे रहा है मैनूं। सिंपल इहदा आंसर है कि भई पंजाब हरियाणा कंट्री दा फूड बाउल है, ये खाद का कटोरा हैगा, खाद्य कटोरा हैगा। और अगर इत्थे प्रोक्योरमेंट सिस्टम और MSP दे कारण ही अज सारे देश नूं अगर फीड किया जा रहा है, तो पंजाब का प्रोक्योरमेंट सिस्टम सीगा, यानी अश्योर्ड इनकम और अश्योर्ड मार्केटिंग जिहड़ी सीगी, उहदे करके इन्ना प्रोड्यूस हो पाया कि सारे देश नूं पंजाब और हरियाणा खिला पाए। तो अज अगर फोकस यह है कि इन्हां नूं प्रोक्योरमेंट और MSP तो बाहर किया जाए, तो इहदा मतलब बिल्कुल साफ है कि भाई सरकार का ऑब्जेक्टिव यह है कि मार्केट फोर्सिस ते छड्ड दिया जाए। और मार्केट फोर्सिस छड्डांगे तो सानूं समझना बहुत जरूरी है, जिस तरह कि राजेवाल साहब ने पहले किया कि 55,000 करोड़ रुपए का अगर साल विच ट्रेड होंदा है, प्रोक्योरमेंट होंदी हैगी है पंजाब तो, उहदा मतलब यह है कि उहदा उदाहरण की नुकसान होएगा पंजाब नूं, उह तुहानूं मिलदा हैगा कंट्री की जिहड़ी इकनोमिक स्लो डाउन हो रही है। वह मन्निया जांदा कि रूरल जिहड़ी स्पेंडिंग हैगी है, रूरल इनकम जिहड़ी है वह क्रैश कीती हैगी है, इस करके रूरल कोल खर्चा नहीं है लोकां कोल खर्चन वास्ते, जिहदे करके डिमांड नहीं क्रिएट होंदी। मैनूं थोड़ा साधारण शब्दां विच समझाओ शर्मा जी, एक मिनट समझ लो, डिमांड वाला भारत खत्म करना चाहुंदे आ। डिमांड देखो, मैं उही समझाने की कोशिश कर रहा सीगा कि स्लोडाउन जिहड़ी देश विच हो रही है, उहदा मुख्य कारण जिहड़ा है वह है कि भी रूरल स्लोडाउन, यानी रूरल जिहड़ा जिहड़ी डिमांड क्रिएट होनी चाहिए है, यानी लोगों को पैसा नहीं खर्चन वास्ते, उस करके सारा कुछ थले आ गया, सारा पुल डाउन करता उन्हें GDP नो। जे पंजाब जिहदे उपर जिहदा बेसिक जिहड़ा स्ट्रक्चर है वह एग्रीकल्चर ते टिकिया होया है, जे उन्हां दी भी मार्केट खत्म हो जाती है, प्राइसिस क्रैश करते हैं, तो पंजाब का जिहड़ा स्लोडाउन होएगा वह हिंदुस्तान की ग्रोथ नो भी स्लो डाउन कर देगा, पुल डाउन कर देगा। समझे तुसी? अगर इंडिया की GDP ग्रोथ जी थले हुई है वो दुनिया की ग्रोथ में खिंच सकती है, तो पंजाब की जी MSP हटन नाल जो क्राइसिस क्रिएट होएगा वो हिंदुस्तान की GDP नो थले खिंच सकती है। नहीं, तुसी इन्ना इंपोर्टेंट मानते पे हो पंजाब नूं, क्योंकि जे सेंटर सरकारां नूं केंद्र सरकारां नूं सब कुछ पता हैगा कि पंजाब जी साडी GDP है उहदे विच एड्डा वड्डा हिस्सा पाउंदा, उसके बावजूद ये फैसला लैण की कोशिश हो रही है, यही तो समझ नहीं आता। जब सानू समझ आ रहा, सब लोग दिख रहा है कि क्राइसिस इन्ना गंभीर है, तो समझ मैनू नहीं आ रहा कि भी सरकार क्यों इस गलते लगी है कि पंजाब का MSP नो विड्रॉ करना हैगा, और स्पेशली इस टाइम पर जबकि एग्रेरियन क्राइसिस हिंदुस्तान विच इन्ना सीरियस है। इकोनॉमिक सर्वे 2016 ने किया सीगा कि किसान की औसतन इनकम 17 राज्य में यानी अधे देश में 20,000 रुपये साल की है, यानी 20,000 रुपये मतलब 1700 रुपये तो हर महीने घट में परिवार जीवित है। तो जे ये क्राइसिस है हिंदुस्तान में और तुसी पंजाब नो भी उसी हिस्से ना मिलाना चाहते हो, तो मैंने लगता कि तो बड़ा क्राइसिस की हो सकता है। शर्मा जी, मैंने एक चीज़ समझाओ, तुसी एक जो सारा कुछ चल रहा है, ये कह रहे थे कि 2019 साढ़े 10,000 किसान खुदकुशी कर चुके हैं, इस तो बाद किसान ये कहें असी किसान बचाना, इस नाल किसान बच जूगा? फिर तुसी अगर 1995 तो शुरू होया सीगा सुइसाइड नो इकट्ठा करना, एक डाटा इकट्ठा करना नैशनल क्राइम रिकॉर्ड ब्यूरो दा, हले तक तकरीबन 3,40,000 किसान आत्महत्या कर चुके हैं देश में, और हर साल तकरीबन 12,000, 11,000, 10,000 किसान आत्महत्या करते हैं। इहदा मतलब साफ है कि एक रिफ्लैक्शन है कि क्राइसिस कितना सीरियस है, क्राइसिस कितना किसान नूं मारना चाहते हैं, मारना नहीं चाहते मैं कहना हाँ। लेकिन कितने कितने साडी पॉलिसीज विच है कि एग्रीकल्चर का अनदेखा करो, एग्रीकल्चर नूं सैक्रीफाइस करना है हाँ। क्योंकि इकनोमिक ग्रोथ होएगी, ये दुनिया का एक इकनोमिक मॉडल जिन्होंने समझना असी कि जब तक एग्रीकल्चर नूं नहीं खत्म किया जाएगा, या एग्रीकल्चर चो लोग कढ़ के शहर में नहीं रह के आवेंगे, तब तक इकनोमिक ग्रोथ नहीं होएगी। एक इकनोमिक डिजाइन है, इकनोमिक डिजाइन है। कुलतार संधवा, जिहड़ी गल तुसीं अंदर भी कह रहे सीगे कि वड्डे वड्डे जिहड़े कारपोरेट घराने आ उहनां नूं अगे लिआंदा जा रहा कि ते पिंडां वाला भारत खत्म करन की कोशिश की जा रही है, जिहड़ी गल इत्थे हुई कि पोलीटिकल पार्टियां इहो जिहा स्टैंड लैण कि उत्थे जाके लोक सभा दे बाहर पार्लीमेंट दे बाहर धरने मारन, धरने हल है? होर हल की है जी साडे कोल? बंदूक असीं चक नहीं सकदे क्योंकि अपने ही लोग ने, कड़ा किसी होर देश दे ने। तुहाडी पार्टी तो उत्थे धरने में शामिल नहीं हो रही, जिहड़ी पार्टी धरनिआं तो बनी है, जिहड़ा उत्थे शाहीन बाग वाला धरना उत्थे तुहाडी पार्टी नहीं पहुंची, इत्थे इहो जिहे मुद्दे तुहाडी पार्टी उत्थों सपोर्ट मिल जूगी, तुहानूं सिर्फ पंजाब दे लीडर जाऊंगे? देखो जी, सारे देश दे कल्ली पार्टी नहीं, सारे लोग ही, क्योंकि किसान कौन है? किसान है भारत, ते किसान मर गया समझ लो साडा तुहाडा देश मर गया। और जिहड़ा हरियाणा और पंजाब इहदा दी खड़क पुजाने, पंजाब दा खड़क पुजा मंदे आ, तुसी पंजाब दे किसान नूं जिहड़ा MSP दे के भी आत्महत्या कर रहा, तुसी उहनूं कहिंदे असीं अंबानी अडानी तों खेती करवाउणी इत्थे, असीं जिहड़े सदियां तों खेती करदे आए सानूं खेती नहीं करनी आउंदी,
ਜਦੋਂ ਅਸੀਂ ਖੇਤੀ ਕਰਦੇ ਹਾਂ ਅਸੀਂ ਆਤਮ ਹੱਤਿਆ ਕਰਦੇ ਹਾਂ, ਅਤੇ ਇਹ ਅੰਬਾਨੀ ਅਡਾਨੀ ਸਾਡੇ ਨਾਲ ਵੱਧ ਖੇਤੀ ਕਰਨੀ ਹੁੰਦੀ, ਸਿਰਫ ਇੱਕੋ ਹੀ ਮਾੜੀ ਜਿਹੜੀ ਸਿਸਟਮ ਹੈ ਜਿਹੜਾ ਗਲੋਬਲ ਟਰੈਂਡ ਹੈ ਉਹ ਤੁਹਾਡਾ ਜਿਹੜਾ ਇਕਨੋਮਿਕ ਮਾਡਲ ਹੈ। ਇਕਨੋਮਿਕ ਮਾਡਲ ਕੀ ਕਹਿੰਦਾ, ਸ਼ਾਇਦ ਮੇਰੇ ਨਾਲ ਦਵਿੰਦਰ ਸ਼ਰਮਾ ਜੀ ਵੀ ਸਹਿਮਤ ਹੋਣਗੇ, ਇਹ ਨਾ ਟ੍ਰਿਕਲ ਡਾਊਨ ਜਿਹੜਾ ਇਹ ਮਾਡਲ ਹੈ ਉਹ ਕਰ ਰਹੇ ਵੀ ਸਰਕਾਰਾਂ ਸਿਰਫ ਇੱਕ ਜਾਂ ਦੋ ਬੰਦਿਆਂ ਨੂੰ ਜਿਨ੍ਹਾਂ ਤੋਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਫੰਡ ਲੈਣੇ ਹੁੰਦੇ ਅੰਬਾਨੀ ਅਡਾਨੀ ਜਾਂ ਜਿਹੜੇ ਵੱਡੇ ਵੱਡੇ ਨੇ ਉਹਨਾਂ ਤੋਂ ਫੰਡ ਲੈ ਕੇ ਸਾਰਾ ਪੈਸਾ ਉਹਨਾਂ ਨੂੰ ਦੇ ਦਿਓ, ਫਿਰ ਉਹ ਹੌਲੀ ਹੌਲੀ ਆਪਦੀ ਮਰਜ਼ੀ ਅਨੁਸਾਰ ਥੱਲੇ ਦਿੰਦੇ ਆ। ਲੇਕਿਨ ਹੁਣ ਇਹ ਚਾਹੀਦਾ ਪੈਸਾ ਲੋਕਾਂ ਕੋਲ ਰਹੇ, ਲੋਕਾਂ ਦੀ ਜੇਬਾਂ ਜਾਵੇ, ਲੋਕ ਸਪੈਂਡ ਕਰਨ, ਫਿਰ ਫੈਕਟਰੀਆਂ ਲੱਗਣ ਉਹਨਾਂ ਲੋਕਾਂ ਦੀ ਲੋੜ ਵਾਸਤੇ। ਇਹ ਮਾਡਲ ਅਸੀਂ ਦਿੱਲੀ ਦੇ ਵਿੱਚ ਕਰਕੇ ਦੇਖਿਆ, ਦਿੱਲੀ ਦੇ ਵਿੱਚ ਸਾਨੂੰ ਉਹਦੇ 'ਚ ਕਾਮਯਾਬੀ ਮਿਲੀ ਹੈ। ਦਿੱਲੀ ਦੀ ਜੀ ਡੀ ਪੀ ਅੱਜ 8.5% ਹੈ, ਮੇਰੇ ਖਿਆਲ ਰਵਿੰਦਰ ਜੀ ਇਹਨਾਂ ਸਹਿਮਤ ਹੋ। ਸੰਧੋ ਸਾਹਿਬ, ਜਿਵੇਂ ਦਿੱਲੀ ਦੀ ਇਕਨੋਮਿਕ ਮਾਡਲ ਹੈ, ਦਿੱਲੀ ਦਾ ਜੋ ਭੂਗੋਲਿਕ ਸਥਿਤੀ ਹੈਗੀ ਆ ਉਹਨੂੰ ਪੰਜਾਬ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ, ਅਤੇ ਪੰਜਾਬ ਹਰਿਆਣਾ ਨੂੰ ਇਸ ਮਾਮਲੇ ਵਿੱਚ ਕਿਸਾਨੀ ਦੇ ਮਾਮਲੇ ਵਿੱਚ ਪੂਰੇ ਦੇਸ਼ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਦੇਖੋ ਜੀ, ਹਾਂ, ਤੁਹਾਨੂੰ ਮਾਡਲ ਤਾਂ ਕੋਈ ਲੈਣਾ ਪੈਣਾ ਨਾ, ਤੁਸੀਂ ਇੱਥੇ ਫਿਰ ਅੰਬਾਨੀ ਨੂੰ ਲੈ ਆਓ ਜੀ, ਉਹਦੇ ਨਾਲ ਤੁਸੀਂ ਹੋ ਜਾਓਗੇ। ਅੱਜ ਪਤਾ ਨਹੀਂ ਕਿੰਨੇ ਦਾ ਮਿਲਦਾ ਜੀ ਬਰਗਰ, ਕਿੰਨੇ ਦਾ ਮਿਲਦਾ ਜਾਂ ਇਹਦੇ ਵਾਲਾ, ਮੈਂ ਕਿਹਾ 250 ਰੁਪਏ ਦਾ ਹੁੰਦਾ ਇੱਕ ਬਰਗਰ, 250-500 ਦਾ ਬਰਗਰ ਹੁੰਦਾ, ਅਤੇ ਉਹਦੇ 'ਚ ਕਿੰਨੇ ਦਾ ਆਲੂ ਪੈਂਦਾ ਜਿਹੜਾ ਕਿਸਾਨ ਨੂੰ, ਉਹਦੇ 'ਚ ਮੇਰਾ ਖਿਆਲ ਆ ਵੀ 50 ਪੈਸੇ ਦਾ ਆਲੂ ਨਹੀਂ ਪੈਂਦਾ ਹੋਣਾ, ਅਤੇ ਉਹਦਾ ਕਿਸਾਨ ਨੂੰ ਕੀ ਫਾਇਦਾ ਹੋਊ? ਅੱਜ ਉਹ ਜਦੋਂ ਕਿਸਾਨ MSP 'ਤੇ ਲੈ ਕੇ ਸਾਨੂੰ ਕੁਛ ਸਾਡੇ ਪੱਲੇ ਨਹੀਂ ਪਾ ਰਹੇ, ਸਾਨੂੰ ਸਾਡੇ ਆਲੂ ਸਾਨੂੰ ਉੱਦਾਂ ਹੀ ਸਿੱਟਣੇ ਪੈਂਦੇ ਆ, ਅਤੇ ਉਹ 250 ਦਾ ਆਲੂ ਦਾ ਬਰਗਰ ਵੇਚਦੇ ਆ, ਉਹਨਾਂ ਲੋਕਾਂ ਨੂੰ ਤੁਸੀਂ ਇਹ ਮਤਲਬ ਕਿਸਾਨੀ ਐਗਰੀਕਲਚਰ ਸਾਡਾ ਸਾਰਾ ਸਿਸਟਮ ਫੜਾਉਣਾ ਚਾਹੁੰਦੇ ਹੋ, ਉਹਦੇ ਨਾਲ ਸਾਡਾ ਤੁਸੀਂ ਮਾਰਨਾ ਚਾਹੁੰਦੇ ਸਾਨੂੰ? ਬਹੁਤ ਇੰਪੋਰਟੈਂਟ ਪੁਆਇੰਟ ਆ ਤੁਹਾਡਾ, ਪਰ ਇਹਦਾ ਹੱਲ ਕਿਵੇਂ? ਚੀਮਾ ਸਾਹਿਬ, ਸਵਾਲ ਤੁਹਾਡੀ ਪਾਰਟੀ 'ਤੇ, ਤੁਹਾਡੀ ਪਾਰਟੀ ਆਪਦੇ ਨੂੰ ਕਿਸਾਨ ਹਿਤੈਸ਼ੀ ਪਾਰਟੀ ਕਹਿੰਦੀ ਹੈ, ਕਾਂਗਰਸ ਇੱਥੇ ਹੈ ਨਹੀਂ, ਮੈਂ ਕਾਂਗਰਸ ਦੇ ਨੁਮਾਇੰਦੇ ਨੂੰ ਵੀ ਸੱਦਿਆ ਸੀਗਾ, ਵਕਤ ਘੱਟ ਹੈ ਉਹਨਾਂ ਕੋਲ ਲੱਗਦਾ, ਉਹ ਭੋਗਾਂ 'ਤੇ ਵੀ ਜਾਣਾ ਹੁੰਦਾ, ਉਹ ਇੱਥੇ ਵੀ ਗੱਲ ਕਹਿ ਰਹੇ ਸੀਗੇ। ਚੀਮਾ ਸਾਹਿਬ, ਸਵਾਲ ਇਹ ਹੈਗਾ, ਤੁਹਾਨੂੰ ਅੱਜ ਅਫਸੋਸ ਹੋ ਰਿਹਾ ਕਿ ਤੁਸੀਂ ਉਸ ਪਾਰਟੀ ਦਾ ਹਿੱਸਾ ਹੋ ਜਿਸ ਪਾਰਟੀ ਦੀ ਭਾਈਵਾਲ ਸਰਕਾਰ ਹੈ ਇਹੋ ਜਿਹੇ ਫੈਸਲੇ ਲੈਣ ਵੱਲ ਜਾ ਰਹੀ ਹੈ? ਮੈਂ ਬਤੌਰ ਕਿਸਾਨ ਸਵਾਲ ਕਰ ਰਿਹਾ, ਬਤੌਰ ਆੜ੍ਹਤੀਆ ਸਵਾਲ ਕਰ ਰਿਹਾ ਪਹਿਲਾਂ। ਦੇਖੋ, ਇਸ ਪੱਖ ਤੋਂ ਮੈਂ ਗੱਲ ਸਮਝਦਾ ਕਿ ਜਿੱਥੋਂ ਤੱਕ ਕਿਸਾਨੀ ਦੇ ਭਲੇ ਦੀ ਗੱਲ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਕੋਈ ਸੈਕਰੀਫਾਈਸ ਨਹੀਂ ਕਰੂਗਾ। ਠੀਕ, ਸਰਕਾਰ ਦੇ ਵਿੱਚ ਧਿਰਾਂ ਭਾਈਵਾਲ ਹਾਂ, ਪਰ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਸਟੈਂਡ ਲੈਣਾ ਚਾਹੀਦਾ ਸੀ, ਰਾਜੇਵਾਲ ਸਾਹਿਬ ਨੂੰ ਕਿਉਂ ਲੈਣਾ ਪਿਆ ਫਿਰ? ਚੀਮਾ ਸਾਹਿਬ, ਇਹ ਨਹੀਂ, ਤੁਹਾਡੀ ਤੁਹਾਡੀ ਜਿਹੜੀ 13 ਕਿਸਾਨ ਯੂਨੀਅਨ ਉਹ ਕਿਉਂ ਨਹੀਂ ਇੱਥੇ ਆਈ ਫਿਰ? ਦੇਖੋ, ਜਿਹੜਾ ਰਾਜੇਵਾਲ ਸਾਹਿਬ ਨੇ ਅੱਜ ਸਟੈਂਡ ਲਿਆ ਨਾ, ਇਹ ਬੜਾ ਇੱਕ ਇੰਡੀਪੈਂਡੈਂਟ ਪਲੇਟਫਾਰਮ ਇਹਨਾਂ ਨੇ ਇੱਥੇ ਬਣਾਇਆ ਕਿ ਇਹ ਕੰਟਰੋਵਰਸੀਆਂ 'ਚੋਂ ਨਿਕਲੋ, ਪੋਲੀਟੀਕਲ 'ਚੋਂ। ਅਤੇ ਸਰ, ਮੈਂ ਤਾਂ ਉਹੀ ਗੱਲ ਕਹਿ ਰਿਹਾ, ਕੰਟਰੋਵਰਸੀ ਨਿਕਲੀ ਤੁਹਾਨੂੰ ਪਹਿਲ ਕਰਨੀ ਚਾਹੀਦੀ ਸੀ ਨਾ, ਤੁਸੀਂ ਕਿਸਾਨ ਹਿਤੈਸ਼ੀ ਪਾਰਟੀ ਕਹਿੰਦੇ ਹੋ। ਸਾਨੂੰ ਅਸੀਂ ਪਹਿਲ ਕਰੀਏ ਵੀ, ਅਸੀਂ ਜਿਸ ਵੇਲੇ ਪਹਿਲ ਕੋਈ ਕਰਦੇ ਵੀ ਸੀ, ਜਿੰਨੀਆਂ ਪੰਜਾਬ ਦੇ ਵਿੱਚ ਸਹੂਲਤਾਂ ਕਿਸਾਨੀ ਨੂੰ ਬਾਦਲ ਸਰਕਾਰ ਵੇਲੇ ਮਿਲੀਆਂ ਨੇ, ਉਹਨਾਂ ਵੇਲੇ ਕੋਈ ਪਹਿਲ 'ਚ ਕਮੀ ਨਹੀਂ ਸੀ। ਸ਼ੁਰੂਆਤ ਬਾਦਲ ਨੇ ਕੀਤੀ, ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਪਾਲਿਸੀਆਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਦੀ ਸ਼ੁਰੂਆਤ ਕਿੱਥੋਂ ਕੀਤੀ ਗਈ? ਜੇ ਮਤਲਬ ਮੁਫਤ ਸਿਹਤ ਬੀਮਾ ਵੀ ਦਿੱਤਾ ਨਾ ਕਿਸਾਨਾਂ ਨੂੰ, ਸ਼ੁਰੂਆਤ ਹਿੰਦੁਸਤਾਨ ਦੇ ਵਿੱਚ ਬਾਦਲ ਨੇ ਕੀਤੀ, ਮੁਫਤ ਬਿਜਲੀ ਸਿਹਤ ਬੀਮਾ ਵਾਲੀ ਨਾ, ਚਰਚਾ ਬਹੁਤ ਲੰਬੀ ਚਲੀ ਜਾਊਗੀ। ਤਾਂ ਹੀ ਮੈਂ ਕਹਿੰਦਾ ਵੀ ਬਾਦਲ ਨੇ ਕੋਈ ਕਮੀ ਨਹੀਂ ਛੱਡੀ, ਔਰ ਇਸ ਮੁੱਦੇ ਦੇ ਉੱਤੇ ਮੈਂ ਤੁਹਾਨੂੰ ਗਰੰਟੀ ਕਰਦਾ, ਸ਼੍ਰੋਮਣੀ ਅਕਾਲੀ ਦਲ ਜੋ ਭਾਰਤੀ ਕਿਸਾਨ ਯੂਨੀਅਨ ਦੀ ਇਸ ਦਲੀਲ ਦੇ ਨਾਲ 100% ਸਹਿਮਤ ਹੈ ਕਿ MSP ਕਿਸੇ ਕੀਮਤ ਦੇ ਉੱਤੇ ਦਲੀਲ ਦਲੀਲ ਸੜਕਾਂ ਤੇ ਰਹਿ ਜਾਊਗੀ, ਜਾਂ ਇਹਨਾਂ ਕਾਨਫਰੰਸ ਹਾਲਾਂ ਦੇ ਵਿੱਚ ਰਹਿ ਜਾਊਗੀ, ਜਾਂ ਪਾਰਲੀਮੈਂਟ ਵਿੱਚ ਜਾਊਗੀ, ਜਾਂ ਮੋਦੀ ਸਾਹਿਬ ਦੇ ਸਾਹਮਣੇ ਤੁਹਾਡੇ ਜਿਹੜੇ ਕੈਬਨਿਟ ਰੈਂਕ ਦੇ ਮੰਤਰੀ ਉਹ ਗੱਲ ਕਰਨਗੇ। ਬਿਲਕੁਲ, ਹਾਂ, ਇਸ MSP ਦੇ ਮੁੱਦੇ ਦੇ ਉੱਤੇ ਜੋ ਪੰਜਾਬ ਦਾ ਡੈਪੂਟੇਸ਼ਨ ਬਣੇਗਾ ਉਹਦੇ ਵਿੱਚ ਸਾਡੀ ਪਾਰਟੀ ਦਾ ਨੁਮਾਇੰਦਾ ਜਿਹੜਾ ਮੋਦੀ ਸਾਹਿਬ ਨੂੰ ਪੂਰੇ ਜ਼ੋਰ ਨਾਲ ਇਹ ਗੱਲ ਜਿਹੜੀ ਆ ਉਠਾਏਗਾ ਕਿ MSP ਜਿਹੜੀ ਹੈ ਉਹ ਖਤਮ ਕਿਸਾਨਾਂ ਦੀ ਨਹੀਂ ਹੋਣੀ ਚਾਹੀਦੀ, ਨਾਟ ਓਨਲੀ ਫਾਰ ਕਿਸਾਨ। ਮੈਂ ਤਾਂ ਉਦੋਂ ਵੀ ਅੱਗੇ ਕਹਿਣਾ ਕਿ ਜੇ ਕੰਜ਼ਿਊਮਰ ਨੂੰ ਵੀ ਬਚਾਉਣਾ ਹੈ ਤੁਸੀਂ, ਜਿੱਦਣ MSP ਜਿਹੜੀ ਆ ਖਤਮ ਹੋ ਗਈ, ਜਿੰਨਾ ਸਾਡੇ ਬਾਜ਼ਾਰ ਦੇ ਵਿੱਚ ਬਿਨਾਂ PDS ਤੋਂ ਕੰਜ਼ਿਊਮਰ ਹੈ ਉਹਨੂੰ ਮਈ ਤੋਂ ਬਾਅਦ ਆਟਾ ਕਣਕ ਜਿਹੜੀ ਹੈ ਉਹ ਦੁੱਗਣੇ ਭਾਅ 'ਤੇ ਮਿਲਿਆ ਕਰਨੀ ਹੈ, ਮੋਨੋਪੋਲੀ ਬਣ ਜਾਣੀ ਹੈ, ਇਹ ਦੇਸ਼ ਇਜ਼ਾਰੇਦਾਰੀ ਦਾ ਹੈ। ਔਰ ਅਸੀਂ ਦੇਖਿਆ ਜਦੋਂ MSP ਨਹੀਂ ਸੀ, ਇਹ ਮਤਲਬ ਕਿਸਾਨਾਂ ਤੋਂ ਕਣਕ ਚਲੀ ਜਾਂਦੀ ਸੀ ਤਾਂ ਮੁੜ ਕੇ ਕਿਸਾਨ ਇਹਨਾਂ ਤੋਂ ਦੁੱਗਣੀ ਤੇ ਲੈਂਦੇ ਹੁੰਦੇ ਸੀ ਵੀ ਤੁਹਾਨੂੰ ਹੜੀ ਵੇਲੇ ਦੁੱਗਣੀ ਦੇ ਦਿਆਂਗੇ, ਇਹ ਉਹ ਸਟੇਜਾਂ ਆ ਸਕਦੀਆਂ ਅਗਰ MSP ਬੰਦ ਹੋ ਗਈ। ਰਾਜਵਾਲ ਸਾਹਿਬ, ਜਿਹੜੀ ਗੱਲ ਕਹਿ ਰਹੇ ਆ ਕਿ ਜਿਹੜਾ ਸਾਡਾ ਖਪਤਕਾਰ ਹੈਗਾ ਉਹਨੂੰ ਵੀ ਇਹਦਾ ਭਾਰ ਆ ਜਿਹੜਾ ਸਹਿਣਾ ਪਊਗਾ, ਅਸੀਂ ਤਾਂ ਉਸਨੂੰ ਸਮਝਾ ਹੀ ਨਹੀਂ ਪਾ ਰਹੇ। ਅਸੀਂ ਉਸਨੂੰ ਉਦੋਂ ਸਮਝਾ ਪਾਵਾਂਗੇ ਜਦੋਂ ਅਸੀਂ ਇਕੱਠੇ ਹੋਵਾਂਗੇ। ਗੱਲ ਤੁਸੀਂ ਇੱਥੇ ਪੈਨਲ ਦੇ ਵਿੱਚ ਏਕੇ ਦੀ ਕੀਤੀ ਹੈ, ਅਤੇ ਇਹਨਾਂ ਪਾਰਟੀਆਂ ਦੇ ਏਕੇ ਦੇ ਤੁਹਾਨੂੰ ਕੋਈ ਸ਼ੱਕ ਤਾਂ ਨਹੀਂ ਹੈਗਾ? ਡਿਪਲੋਮੈਟਿਕ ਜਵਾਬ ਨਾ ਦਿਓ ਪਲੀਜ਼। ਡਿਪਲੋਮੈਟਿਕ ਜਵਾਬ ਨਹੀਂ, ਮੇਰੇ ਵੱਲੋਂ ਤਾਂ ਅਸੀਂ ਜਥੇਬੰਦੀ ਵੱਲੋਂ ਇਹ ਉਪਰਾਲਾ ਕੀਤਾ ਹੈ, ਇਹਨਾਂ ਪਾਰਟੀਆਂ ਦਾ ਵੀ ਇੱਕ ਰੋਲ ਹੈ, ਇਕੱਠੇ ਹੋ ਕੇ ਪੰਜਾਬ ਦੇ ਮੁੱਦੇ 'ਤੇ ਆਪਣੀ ਰਾਜਨੀਤੀ ਛੱਡ ਕੇ ਇਕੱਠੇ ਹੋ ਕੇ ਪੰਜਾਬ ਦੇ ਮੁੱਦੇ ਨੂੰ ਹੱਲ ਕਰਾਉਣ।
ਤੇ ਅਸੀਂ ਇੱਕ ਪ੍ਰੈਸ਼ਰ ਗਰੁੱਪ ਹਾਂ, ਅਸੀਂ ਆਪਣਾ ਢੰਗ ਵਰਤਦੇ ਹਾਂ। ਇਹਨਾਂ ਨੇ ਯਕੀਨ ਦਵਾਇਆ ਵੀ ਅਸੀਂ ਤੁਹਾਡੇ ਨਾਲ ਖੜਾਂਗੇ, ਇਹ ਸਮਾਂ ਦੱਸੂਗਾ ਕਿੰਨਾ ਕੁ ਨਾਲ ਖੜਨਗੇ। ਤੁਸੀਂ ਮੈਨੂੰ ਥੋੜ੍ਹਾ ਐਡ ਆਨ ਕਰ ਦਿਓ, ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਨੂੰ ਤੁਸੀਂ ਸੱਦਿਆ ਸੀ? ਨਹੀਂ, ਇਹ ਕੋਸ਼ਿਸ਼ ਸਾਰੀ ਸਾਡੀ ਆਪਣੀ ਸੀ। ਉਹਨਾਂ ਨੂੰ ਕੋਈ ਕਾਲ ਨਹੀਂ ਕੀਤੀ ਸਰ ਤੁਸੀਂ? ਨਹੀਂ, ਕਾਲ ਨਹੀਂ ਕੀਤੀ, ਪਰ ਉਹਨਾਂ ਦਾ ਆਪੋ ਆਪਣੇ ਢੰਗ ਨਾਲ ਸਾਰੇ ਐਜੀਟੇਸ਼ਨ ਕਰ ਰਹੇ ਨੇ, ਔਰ ਇਹ ਹੋ ਜਾਣਗੇ ਸਾਰੇ ਇਕੱਠੇ, ਮਜਬੂਰੀ ਹੋ, ਹਾਲਾਤ ਇਦਾਂ ਦੇ। ਇੱਥੇ ਬਹੁਤ ਡਿਪਲੋਮੈਟਿਕ ਜਵਾਬ ਦੇ ਰਹੇ ਹੋ। ਨਹੀਂ ਨਹੀਂ, ਡਿਪਲੋਮੈਟਿਕ ਨਹੀਂ, ਹਾਲਾਤ ਇਦਾਂ ਦੇ, ਕਿਉਂਕਿ ਇਕੱਠੇ ਤਾਂ ਫਿਰ ਸਾਰਿਆਂ ਨੂੰ ਹੋਣਾ ਪਊਗਾ ਨਾ। ਹੋਣਾ ਪਊ, ਹੋਣਾ ਪਊ ਸਭ ਨੂੰ। ਤੁਸੀਂ ਆਪਦੇ ਪੱਧਰ ਤੇ ਕਾਲ ਕਰਨ ਜਾ ਰਹੇ ਹੋ? ਸਾਡੀ ਕੋਈ ਈਗੋ ਪ੍ਰੋਬਲਮ ਨਹੀਂ ਹੈ, ਸਾਡੀ ਕੋਈ ਈਗੋ ਪ੍ਰੋਬਲਮ ਨਹੀਂ ਹੈ। ਮੈਂ ਤਾਂ ਅਪੀਲ ਕਰੂੰਗਾ ਸਾਰੀਆਂ ਬਾਕੀ ਜਥੇਬੰਦੀਆਂ ਨੂੰ ਵੀ ਆਓ ਇਕੱਠੇ ਹੋ ਕੇ, ਅਸੀਂ 24 ਨੂੰ ਇੱਥੇ ਕਰ ਰਹੇ ਹਾਂ, ਸਾਰੇ ਆ ਜਾਓ ਉੱਥੇ, ਕਿਸੇ ਨਾਲ ਕੋਈ ਵਿਤਕਰਾ ਨਹੀਂ, ਕੁਛ ਨਹੀਂ। ਠੀਕ ਹੈ ਸ਼ਰਮਾ ਜੀ, ਤੁਸੀਂ ਇੱਕ ਬੜੀ ਵਧੀਆ ਉਦਾਹਰਣ ਦਿੱਤੀ ਸੀਗੀ, ਪ੍ਰਾਈਵੇਟ ਕੰਪਨੀਆਂ ਤੁਸੀਂ ਗੱਲ ਕੀਤੀ ਸੀ, ਕੌਫੀ ਦੀ ਗੱਲ ਕੀਤੀ ਸੀਗੀ। ਉਹ ਕੌਫੀ ਦੇ ਵਿੱਚ ਤੁਸੀਂ ਦੱਸਿਆ ਸੀਗਾ ਕਿ 1 ਰੁਪਿਆ ਕਿਸਾਨ ਤੱਕ ਪਹੁੰਚਦਾ ਪਿਆ, ਅਤੇ ਤੁਸੀਂ ਕੌਫੀ ਫਾਰਮਰਸ ਨੂੰ ਵੀ ਮਿਲੇ ਹੋ। ਜਦੋਂ ਸਵਾਲ ਸਾਡੇ ਫੂਡ ਸਿਕਿਉਰਟੀ ਦਾ, ਸੋਸ਼ਲ ਸਿਕਿਉਰਟੀ ਦਾ ਆਉਂਦਾ, ਤਾਂ ਤੁਹਾਨੂੰ ਇਉਂ ਲੱਗਦਾ ਕਿ ਕੇਂਦਰ ਸਰਕਾਰਾਂ ਜਾਂ ਸੂਬਾ ਸਰਕਾਰਾਂ ਇਸ ਮਸਲੇ ਪ੍ਰਤੀ ਗੰਭੀਰ ਹੈਗੀਆਂ ਕਿ ਕਿਸਾਨ ਦੇ ਕੋਲ ਜਿਹੜਾ ਫਾਇਦਾ ਕਿਵੇਂ ਪਹੁੰਚੇ? ਹੈ ਗੰਭੀਰ? ਦੇਖੋ, ਅਗਰ ਇਹ ਗੰਭੀਰ ਹੁੰਦੀਆਂ ਤਾਂ ਮੈਨੂੰ ਲੱਗਦਾ ਕ੍ਰਾਈਸਿਸ ਇੰਨਾ ਸੀਰੀਅਸ ਨਹੀਂ ਹੋਣਾ ਸੀਗਾ। ਤੁਹਾਨੂੰ ਮੈਂ ਇੱਕ ਹੋਰ ਗੱਲ ਬੋਲੀ ਸੀਗੀ ਕਿ ਬਈ ਇੱਕ ਰਿਪੋਰਟ ਆਉਂਦੀ ਹੈ OECD ਦੀ, ਜਿਹੜੀ ਕਹਿੰਦੀ ਹੈ ਕਿ ਕਿਸਾਨਾਂ ਨੂੰ 2000-2016 ਦੇ ਵਿੱਚ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹਰ ਸਾਲ, 2.5 ਲੱਖ ਕਰੋੜ ਦਾ। ਤੁਸੀਂ ਮੈਨੂੰ ਦੱਸੋ ਕਿ ਕਿਹੜੀ ਪੋਲੀਟੀਕਲ ਪਾਰਟੀ ਨੇ, ਕਿਹੜੇ ਹਿੰਦੁਸਤਾਨ ਦੇ ਐਕਸਪਰਟ ਨੇ ਜਾਂ ਕਿਹੜੇ ਇਕਨੋਮਿਸਟ ਨੇ ਉਹਦੇ ਉੱਪਰ ਚਿੰਤਾ ਜ਼ਾਹਰ ਕੀਤੀ? ਕਿਸੇ ਨੇ ਜ਼ਾਹਰ ਨਹੀਂ ਕੀਤੀ। ਲੇਕਿਨ ਹੁਣ ਜਿਹੜਾ ਕਾਰਪੋਰੇਟ ਦਾ ਸਲੋਡਾਊਨ ਹੋ ਰਿਹਾ, ਇਫੈਕਟ ਪਿਆ ਉਹਨਾਂ ਨੂੰ, ਸਾਰੇ ਇਕਨੋਮਿਸਟ ਕਹਿੰਦੇ ਕਿ ਐਕਸਟਰਾਆਰਡਨਰੀ ਕ੍ਰਾਈਸਿਸ, ਇਹਨੂੰ ਐਕਸਟਰਾਆਰਡਨਰੀ ਸਾਨੂੰ ਆਂਸਰ ਚਾਹੀਦੇ ਹੈਗੇ ਇਸ ਵਾਸਤੇ ਐਡਰੈਸ ਕਰਨ ਵਾਸਤੇ। ਜਦ ਇੰਨਾ ਬੜਾ ਕ੍ਰਾਈਸਿਸ ਐਗਰੀਕਲਚਰ ਵਿੱਚ ਹੈਗਾ, ਇੱਕ ਇਕਨੋਮਿਸਟ ਨਹੀਂ ਦੇਸ਼ ਦਾ ਬੋਲਦਾ ਕਿ ਬਈ ਇਹ ਐਕਸਟਰਾਆਰਡਨਰੀ ਕ੍ਰਾਈਸਿਸ ਹੈ, ਇਹਦੇ ਉੱਪਰ ਸਾਨੂੰ ਐਕਸਟਰਾਆਰਡਨਰੀ ਸਟੈਪਸ ਚਾਹੀਦੇ, ਨਾ ਇੱਕ ਪੋਲੀਟੀਕਲ ਲੀਡਰ ਬੋਲਦਾ ਕਿ ਬਈ ਸਾਨੂੰ ਐਕਸਟਰਾਆਰਡਨਰੀ ਕ੍ਰਾਈਸਿਸ ਨੂੰ ਅਸੀਂ ਕਿਸ ਤਰ੍ਹਾਂ ਐਡਰੈਸ ਕਰੀਏ। ਸਿਰਫ ਕਿਸਾਨ ਦਾ ਰੋਲ ਦੋ ਹੀ ਰਹਿ ਗਏ ਹੈ, ਜਾਂ ਤਾਂ ਵੋਟ ਬੈਂਕ ਹੈ ਜਾਂ ਉਹ ਲੈਂਡ ਬੈਂਕ ਹੈ। ਸਭ ਪੋਲੀਟੀਕਲ ਪਾਰਟੀਜ਼ ਨੇ ਉਹਨੂੰ ਉਸ ਤਰੀਕੇ ਨਾਲ ਹੀ ਦੇਖਿਆ ਹੈ ਅੱਜ ਤੱਕ। ਹੁਣ ਸ਼ਾਇਦ, ਕਿਉਂਕਿ ਪੰਜਾਬ ਦਾ ਕ੍ਰਾਈਸਿਸ, ਕਿਉਂਕਿ ਪੰਜਾਬ ਅਗਰਣੀ ਹੈ, ਹਰ ਜਗ੍ਹਾ 'ਤੇ ਲੀਡ ਲੈਂਦਾ ਹੈ, ਮੈਨੂੰ ਲੱਗਦਾ ਕਿ ਅਗਰ ਪੰਜਾਬ ਦਾ ਕ੍ਰਾਈਸਿਸ ਦੀ ਪੋਲੀਟੀਕਲ ਪਾਰਟੀਜ਼ ਨੂੰ ਸੁਚੇਤ ਕਰ ਦੇ ਜਾਂ ਉਠਾ ਦੇ ਜਾਂ ਜਾਗਰੂਕ ਕਰ ਦੇ ਕਿ ਬਈ ਇਸ ਕੋਨਸਟੀਚੁਐਂਸੀ ਨੂੰ ਅਸੀਂ ਜਿਸ ਤਰ੍ਹਾਂ ਇਗਨੋਰ ਕਰਦੇ ਹਾਂ, ਉਹ ਨਹੀਂ ਕਰਾਂਗੇ। ਤਾਂ ਆਫਟਰ ਆਲ ਤੁਹਾਡਾ ਜਿਹੜਾ ਸਵਾਲ ਸੀਗਾ ਕਿ ਬਈ ਪੰਜਾਬ ਵਿੱਚ ਪੋਲੀਟੀਕਲ ਪਾਰਟੀਜ਼ ਇਕੱਠੀ ਹੋਣਗੀਆਂ, ਮੇਰਾ ਮੰਨਣਾ ਹੈ ਕਿ ਉਹਨਾਂ ਕੋਲ ਕੋਈ ਚਾਰਾ ਵੀ ਨਹੀਂ ਹੈਗਾ, ਕੋਈ ਚਾਰਾ ਨਹੀਂ ਹੈਗਾ, ਕਿਉਂਕਿ ਸਾਰਾ ਉਹਨਾਂ ਦੀ ਜਿਹੜੀ ਬੇਸ ਹੈਗੀ ਆ ਉਹ ਐਗਰੀਕਲਚਰ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੀ। ਉਹ ਇੱਕ ਇੱਕ ਵੋਟ ਉਹਨਾਂ ਵਾਸਤੇ ਮੈਟਰ ਕਰੇਗੀ, ਸ਼ਾਇਦ ਇਸ ਕਰਕੇ ਮਜਬੂਰ ਉਹਨਾਂ ਨੂੰ ਧਿਆਨ ਦੇਣਾ ਪਏਗਾ, ਵਰਨਾ ਅੱਜ ਪੰਜਾਬ ਦੀ ਹਾਲਤ ਇਹ ਨਹੀਂ ਹੋਣੀ ਸੀ ਜਿਹੜੀ ਅੱਜ ਹੋ ਗਈ ਹੈ। ਮਜਬੂਰੀ ਇਕੱਠਾ ਕਰੇਗੀ ਸਦਮਾ ਸਾਹਿਬ, ਮਜਬੂਰੀ ਤਾਂ ਸਾਰਿਆਂ ਨੂੰ ਇਕੱਠਾ ਕਰ ਦੂਗੀ, ਪਰ ਇਸ ਮਜਬੂਰੀ ਦੇ ਵਿਚਾਲੇ ਤੁਹਾਨੂੰ ਲੱਗਦਾ ਕਿ ਤੁਸੀਂ ਜੇ ਮੰਗ ਪੱਤਰ ਦੇ ਕੇ ਜਾਓਗੇ ਸਪੀਕਰ ਸਾਹਿਬ ਦੇ ਕੋਲ, ਉਹ ਸਿਰਫ ਇਸ ਕਰਕੇ ਤੁਹਾਡੀ ਮੰਗ ਪ੍ਰਵਾਨ ਹੋਊਗੀ ਕਿਉਂਕਿ ਇੱਥੇ ਅਪੋਜੀਸ਼ਨ ਪਾਰਟੀ ਦੀ ਸਰਕਾਰ ਹੈ, ਇਸ ਕਰਕੇ ਮੰਗ ਪ੍ਰਵਾਨ ਹੋਊਗੀ ਕਿ ਇਜਲਾਸ ਇਸ ਕਰਕੇ ਹੋਊਗਾ ਕਿ ਇਸ ਤੋਂ ਪਹਿਲਾਂ ਵੀ ਕਿਸਾਨੀ ਮੁੱਦਿਆਂ 'ਤੇ ਇਜਲਾਸ ਦੀ ਮੰਗ ਕੀਤੀ ਗਈ ਹੈ, ਉਦੋਂ ਤਾਂ ਇਜਲਾਸ ਹੋਏ ਨਹੀਂ ਗਏ। ਦੇਖੋ ਜੀ, ਸ਼ਾਇਦ ਉਦੋਂ ਇੰਨਾ ਨਾ ਸੀਰੀਅਸਲੀ ਲਿਆ ਗਿਆ ਹੋਵੇ, ਪਰ ਇਹ ਜੇ ਪਹਿਲਾਂ ਕਿਤੇ ਸੀਰੀਅਸਲੀ ਲਿਆ ਗਿਆ ਹੁੰਦਾ ਤਾਂ ਇੱਥੋਂ ਤੱਕ ਇਹ ਸਿਸਟਮ ਪਹੁੰਚਣਾ ਹੀ ਨਹੀਂ ਸੀਗਾ। ਅੱਜ ਤਾਂ ਅਸੀਂ ਮਤਲਬ ਸਾਡਾ ਕੋਈ ਬੱਚਾ ਇੱਥੇ ਰਹਿ ਕੇ ਰਾਜ਼ੀ ਨਹੀਂ ਹੈ, ਸੋ ਕਮ ਸੇ ਕਮ ਕਿਸੇ ਨੂੰ ਤਾਂ ਸਿਰ ਜੋੜ ਕੇ ਬਹਿਣਾ ਪੈਣਾ। ਔਰ ਅਸੀਂ ਤਾਂ ਉੱਥੇ ਅਗਲੀ ਗੱਲ ਵੀ ਕੀਤੀ ਹੈ ਵੀ ਸਾਡੇ ਜਿਹੜੇ ਸਾਡੇ ਸਾਰੇ ਵਿਧਾਇਕ ਸਾਹਿਬਾਨ ਆ ਉਹਨਾਂ ਨੂੰ ਬਿਠਾ ਕੇ ਇੱਕ 2 ਦਿਨ ਦਾ ਸੈਸ਼ਨ ਹੋਵੇ, ਔਰ ਉਹਦੇ 'ਚ ਸ਼੍ਰੀਮਾਨ ਦਵਿੰਦਰ ਸ਼ਰਮਾ ਜੀ ਵਰਗੇ ਜਿਹੜੇ ਜਿਨ੍ਹਾਂ ਦੀ ਸਟੱਡੀ ਸਾਰਾ ਜੀਵਨ ਇਹਨਾਂ ਲਾਤਾ, 20 ਸਾਲ ਤਾਂ ਮੈਨੂੰ ਹੋ ਗਏ ਇਹਨਾਂ ਨੂੰ ਦੇਖਦਿਆਂ ਨੂੰ, ਮਤਲਬ ਇਸ ਤਰ੍ਹਾਂ ਦੇ ਐਕਸਪਰਟਸ ਨੂੰ ਬੁਲਾ ਕੇ ਉੱਥੇ ਬ੍ਰੇਨ ਸਟੋਰਮਿੰਗ ਕੀਤੀ ਜਾਵੇ, ਉੱਥੇ ਦੇਖਿਆ ਜਾਵੇ ਅਸੀਂ ਨਿਕਲਣਾ ਕਿਵੇਂ। ਥੋੜ੍ਹਾ ਜਿਹਾ ਤਿੱਖਾ ਸਵਾਲ ਕਰ ਲਾਂ ਗੁਰਦਾਸ ਸਿੰਘ, ਬਿਲਕੁਲ। ਅੱਜ ਆਪਾਂ ਬੈਠੇ ਹਾਂ ਇੱਥੇ, ਇੱਕ ਇੱਥੇ ਪੰਜਾਬ ਸਰਕਾਰ ਦੇ ਅਧਿਕਾਰੀ ਬੈਠੇ ਸੀ, ਉਹਨਾਂ ਨੇ ਇੱਕ ਇਸ਼ਾਰਾ ਕਰ ਦਿੱਤਾ ਕਿ ਸਾਡੇ ਸਿਆਸਤਦਾਨਾਂ ਜਿਹੜੇ ਸਾਡੇ ਸਾਡੀ ਨੁਮਾਇੰਦਗੀ ਕਰਦੇ ਆ, ਜਿਹਨਾਂ ਨੂੰ 2-2 ਲੱਖ ਵੋਟਾਂ ਪੈਂਦੀਆਂ, ਉਹ ਬਹੁਤ ਕੰਗਾਲੀ ਦਾ ਸ਼ਿਕਾਰ ਹੋ ਗਏ, ਤੁਸੀਂ ਇਸ ਗੱਲ ਨੂੰ ਮੰਨਦੇ ਹੋ? ਦੇਖੋ ਜੀ, ਕੰਗਾਲੀ ਤਾਂ ਮਤਲਬ ਹਰੇਕ ਪਾਸੇ ਹੁੰਦੀ ਹੈ, ਪਰ ਉਹਦੇ ਐਕਸੀਲੈਂਸ ਵੀ ਹੁੰਦੀ ਨਾਲ ਉਹਦੇ, ਕਈ ਲੋਕ ਹੈਗੇ ਨੇ ਜਿਹੜੇ ਜਿਨ੍ਹਾਂ ਦੀ ਸੰਗਤ ਚੰਗੇ ਬੰਦਿਆਂ ਨਾਲ ਹੈਗੀ ਹੈ, ਜਿਹੜੇ ਪੜ੍ਹਦੇ ਵੀ ਆ, ਲੇਕਿਨ ਜ਼ਿਆਦਾ ਜਿਹੜਾ ਸਮਾਂ ਨਾ ਅਨਪ੍ਰੋਡਕਟਿਵ ਕੰਮਾਂ 'ਤੇ ਲੱਗ ਜਾਂਦਾ ਪੋਲੀਟੀਸ਼ੀਅਨਾਂ ਦਾ, ਮੈਂ MLAs ਦਾ ਖਾਸ ਕਰਕੇ ਦੇਖਦਾ, ਲੇਕਿਨ ਕੋਸ਼ਿਸ਼ ਕਰੀਦੀ ਆ ਕਿ ਆਪਦੇ ਆਪ ਨੂੰ ਅਪਡੇਟ ਰੱਖੀਏ, ਕਿਉਂਕਿ ਜੇ ਤੁਸੀਂ ਅਪਡੇਟ ਆ ਤਾਂ ਹੀ ਤੁਸੀਂ ਸੁਸਾਇਟੀ ਨੂੰ ਜਿਹੜੀ ਤੁਹਾਨੂੰ ਉਹਨਾਂ ਨੇ ਮਤਦਾਨ ਕੀਤਾ, ਆਪਦੀ ਮਤ ਦਿੱਤੀ ਆ, ਉਹਦਾ ਪੇ ਬੈਕ ਕਰ ਸਕਦੇ ਹੋ। ਸੋ ਇਹ ਜ਼ਰੂਰੀ ਹੈ ਜੀ, ਸੋਚਣਾ ਬਣਦਾ। ਇਸੇ ਲਈ ਵਿਧਾਨ ਸਭਾ ਦੇ ਵਿੱਚ ਐਡੀ ਵੱਡੀ ਲਾਇਬ੍ਰੇਰੀ ਬਣਾਈ ਹੋਈ ਹੈ ਕਿ ਉੱਥੇ ਕੋਈ ਪੜ੍ਹੇ, ਉੱਥੇ ਜਾ ਕੇ ਅਪਡੇਟ ਹੋਣ। ਜੇ ਤੁਹਾਨੂੰ ਹਿਸਟਰੀ ਦਾ ਨਹੀਂ ਪਤਾ, ਜੇ ਤੁਹਾਨੂੰ ਸਮਾਜ ਵਿੱਚ ਅੱਜ ਕੀ ਹੋ ਰਿਹਾ ਉਸ ਚੀਜ਼ ਦਾ ਨਹੀਂ ਪਤਾ, ਫਿਰ ਤੁਸੀਂ ਕਿਵੇਂ ਨਵੇਂ ਫਰੇਮਵਰਕ ਬਣਾਓਗੇ, ਕਿਵੇਂ ਗਾਈਡਲਾਈਨ ਨਵੀਆਂ ਤੁਸੀਂ ਦਿਓਗੇ? ਜਿਹੜਾ ਵਿਧਾਇਕ ਦਾ ਫਰਜ਼ ਹੀ ਇਹ ਹੈ। ਠੀਕ ਠੀਕ ਹੈ।
ਪਾਰਟੀਆਂ ਨੂੰ ਆਪਦੇ ਪੱਧਰ 'ਤੇ ਪਤਾ ਸੀਗਾ ਵੀ ਇਹ ਚੀਜ਼ਾਂ ਹੋਣ ਜਾ ਰਹੀਆਂ ਜਾਂ ਰਿਕਮੈਂਡੇਸ਼ਨ ਆ ਚੁੱਕੀਆਂ ਜਾਂ ਨਹੀਂ ਪਤਾ ਸੀ? ਮੈਨੂੰ ਲੱਗਦਾ ਆ ਵੀ ਕਿਸੇ ਦੀ ਇਹਦੇ 'ਤੇ ਕੋਈ ਗ੍ਰਿਪ ਨਹੀਂ ਸੀ, ਜੇ ਪਤਾ ਸੀ ਤਾਂ ਕੋਈ ਇਹਦੇ 'ਤੇ ਬੋਲਣਾ ਨਹੀਂ ਸੀ ਚਾਹੁੰਦਾ। ਮੈਂ ਡਿਸਕਸ ਜਦੋਂ ਸਾਰੇ ਵਧਾਈ ਦੇ ਪਾਤਰ ਹੋ ਫਿਰ ਤੁਸੀਂ ਇਹਨਾਂ ਨੂੰ ਇਕੱਠੇ ਕੀਤਾ? ਹਾਂ, ਮੈਂ ਇਸੇ ਲਈ ਇਕੱਠੇ ਕੀਤਾ ਵੀ ਬੈਠ ਕੇ ਇਹਨਾਂ ਨੂੰ ਪਤਾ ਤਾਂ ਲੱਗੇ ਵੀ ਕ੍ਰਾਈਸਿਸ ਹੈ ਕੀ, ਕਿੱਧਰ ਨੂੰ ਜਾ ਰਹੀ ਹੈ ਗੱਲ, ਔਰ ਇਹਦੇ ਉੱਤੇ ਇਹਨਾਂ ਦਾ ਵੀ ਕੋਈ ਰੋਲ ਹੈ। ਇਹ ਦੱਸਣ ਵਾਸਤੇ ਹੀ ਇੱਥੇ ਅਸੀਂ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸੀ ਉਪਰਾਲਾ ਕੀਤਾ ਸੀ। ਚੀਮਾ ਸਾਹਿਬ, ਮੈਂ ਬੜੇ ਸਾਲਾਂ ਤੋਂ ਤੁਹਾਨੂੰ ਦੇਖ ਰਿਹਾ, ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਆਉਂਦੇ ਹੋ, ਚਾਹੇ ਆੜ੍ਹਤੀ ਐਸੋਸੀਏਸ਼ਨ ਦਾ ਕੋਈ ਮੁੱਦਾ ਹੋਵੇ, ਚਾਹੇ ਆੜ੍ਹਤੀਆਂ ਅਤੇ ਕਿਸਾਨਾਂ ਦੇ ਵਿਚਾਰੇ ਕੋਈ ਪਾੜ ਪੈਣ ਦਾ ਮੁੱਦਾ ਹੋਵੇ, ਤੁਸੀਂ ਵੀ ਆਪਦੀ ਪਾਰਟੀ ਨੂੰ ਨਹੀਂ ਸਮਝਾ ਸਕਦੇ, ਤੁਸੀਂ ਵੀ ਨਹੀਂ ਦੱਸ ਸਕਦੇ ਉਹਨਾਂ ਨੂੰ? ਨਹੀਂ, ਦੇਖੋ ਸਾਡੀ ਪਾਰਟੀ ਦੇ ਵਿੱਚ ਅਸੀਂ ਤੁਹਾਨੂੰ ਬਾਦਲ ਸਾਹਿਬ ਦੀ ਸਰਕਾਰ ਦੀ ਗੱਲ ਕਰਦੇ ਹਾਂ। ਮਨਮੋਹਨ ਸਿੰਘ ਸਰਕਾਰ ਸੀ ਉਸ ਵੇਲੇ, 2013 ਦੇ ਵਿੱਚ ਇਹੀ ਮੁੱਦੇ ਦੋਨੇ ਆਏ ਸੀ। ਇੱਕ ਆਇਆ ਸੀਗਾ ਕਿ ਤੁਸੀਂ ਜਿਹੜੀ ਪ੍ਰਾਈਵੇਟ ਮੰਡੀਆਂ ਬਣਾ ਦਿਓ, ਮਨਮੋਹਨ ਸਿੰਘ ਸਰਕਾਰ ਵੇਲੇ ਦੀ ਪ੍ਰਪੋਜ਼ਲ ਹੈ ਇਹ, ਔਰ ਬਾਦਲ ਸਾਹਿਬ ਨੇ ਪ੍ਰਾਈਵੇਟ ਮੰਡੀਆਂ ਸਰ ਉਦੋਂ ਤਾਂ ਤੁਸੀਂ ਦੱਸ ਹੀ ਦੇਣਾ ਸੀ ਨਾ, ਕਿਉਂਕਿ ਆਪੋਜੀਸ਼ਨ ਦੀ ਸਰਕਾਰ। ਨੋ 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 ਤੁਸੀਂ ਦੱਸ ਹੀ ਦੇਣਾ ਸੀਗਾ, ਹੁਣ ਤੁਸੀਂ ਇੱਥੇ ਵੀ ਦੱਸਦੇ ਪਿਓ ਜੀ 4-4 ਕਿਲੋਮੀਟਰ ਦੀ ਮੰਡੀ ਹੈ ਪੰਜਾਬ ਦੇ ਵਿੱਚ, ਪੰਜਾਬ ਨੂੰ ਕਲਸਟਰ ਮਾਡਲ ਨਹੀਂ ਚਾਹੀਦਾ। ਇੱਕ ਮਾਡਲ ਐਕਟ ਭੇਜਿਆ ਸੀ ਕਿ ਇਹ ਲਾਗੂ ਕਰੋ ਤੁਸੀਂ, ਕਿਉਂਕਿ ਬਾਦਲ ਸਾਹਿਬ ਨੇ ਕਿਹਾ ਸਾਡੇ ਕੋਲ ਮੰਡੀਆਂ ਦਾ ਨੈਟਵਰਕ ਬਹੁਤ ਹੈ, ਬਕਾਇਦਾ ਚਿੱਠੀ ਆ ਉਹ ਵੀ ਸਾਨੂੰ ਇੱਥੇ ਪ੍ਰਾਈਵੇਟ ਮੰਡੀਆਂ ਦੀ ਲੋੜ ਨਹੀਂ। ਦੂਜੇ ਨੰਬਰ 'ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਡਾਇਰੈਕਟ ਪਰਚੇਜ ਕਰ ਦਿਓ। ਬਾਦਲ ਸਾਹਿਬ ਨੇ ਉਸ ਵੇਲੇ ਵੀ, ਬਾਦਲ ਸਾਹਿਬ ਨੇ ਤਾਂ ਹੁਣ ਵੀ ਕਿਹਾ ਦੇਸ਼ ਸਹੀ ਦਿਸ਼ਾ ਵਿੱਚ ਨਹੀਂ ਜਾ ਰਿਹਾ, ਨਾਲ ਉਹ ਵੀ ਕਹਿੰਦੇ ਨਾ ਕਿਸਾਨੀ ਸਹੀ ਦਿਸ਼ਾ ਵਿੱਚ ਨਹੀਂ ਜਾ ਰਿਹਾ। ਇਹ ਸੱਚੀ ਗੱਲ ਕੋਈ ਸੱਚਾ ਪੋਲੀਟੀਸ਼ੀਅਨ ਕਰ ਸਕਦਾ? ਇਹ ਕੋਈ ਸੱਚੀ ਗੱਲ ਸੱਚਾ ਪੋਲੀਟੀਸ਼ੀਅਨ ਕਰ ਸਕਦਾ? ਇਹ ਗੱਲ ਉੱਥੇ ਐਨਡੀਏ ਦੀ ਮੀਟਿੰਗ ਵਿੱਚ ਵੀ ਕਹਿ ਦਿਆ ਕਰੋ। ਮੇਰੇ ਖਿਆਲ ਦੇ ਵਿੱਚ ਅਗਰ ਐਨਡੀਏ ਦੀ ਮੀਟਿੰਗ 'ਚ ਬਾਦਲ ਸਾਹਿਬ ਜਾਣਗੇ ਤਾਂ ਇਹ ਗੱਲ ਜ਼ਰੂਰ ਕਰਨਗੇ। ਪ੍ਰਯਾਸ ਹੋਇਆ ਸੀਗਾ ਇਹ MSP ਨੂੰ ਤੋੜਨ ਵਾਸਤੇ, ਪ੍ਰੋਕਿਓਰਮੈਂਟ ਨੂੰ ਤੋੜਨ ਵਾਸਤੇ। ਉਸ ਟਾਈਮ ਇਹ ਹੋਇਆ ਸੀਗਾ ਕਿ ਬਈ ਜਿਹੜੇ ਸਟੇਟ ਗਵਰਨਮੈਂਟਸ ਜਿਹਨਾਂ ਕੋਲ ਜ਼ਿਆਦਾ ਪੈਸਾ ਉਹ ਆਉਂਦਾ ਪ੍ਰੋਕਿਓਰਮੈਂਟ ਹੁੰਦੀ ਹੈ, ਉਹੀ ਰਿਸਪੋਂਸੀਬਲ ਹੋਣਗੇ ਆਪਣਾ ਮੈਨੇਜ ਕਰਨ ਵਾਸਤੇ। ਇਹ ਵਾਜਪੇਈ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ, ਉਹਦੇ ਵਿੱਚ ਮੈਨੂੰ ਹਾਲੇ ਤੱਕ ਯਾਦ ਹੈ, ਮੈਂ ਉਹਦੇ ਉੱਪਰ ਲਿਖਿਆ ਵੀ ਸੀ, ਬੋਲਿਆ ਵੀ ਸੀਗਾ ਕਿ ਸਿਰਫ ਬਾਦਲ ਸਾਹਿਬ ਔਰ ਨਾਇਡੂ ਸਾਹਿਬ ਹੁੰਦੇ ਸੀਗੇ ਉਹ ਆਂਧਰਾ ਪ੍ਰਦੇਸ਼ ਦੇ ਚੀਫ ਮਿਨਿਸਟਰ, ਇਹਨਾਂ ਦੋਨਾਂ ਨੇ ਇੰਨਾ ਸਟਰੋਂਗਲੀ ਓਬਜੈਕਟ ਕੀਤਾ ਕਿ ਉਹ ਖਤਮ ਹੋਈ ਸੀ ਗੱਲ। ਕਹਿਣ ਦਾ ਮਤਲਬ ਹੈ ਕਿ ਪ੍ਰਯਾਸ ਇੰਨੇ ਸਾਲਾਂ ਤੋਂ ਚੱਲ ਰਿਹਾ ਹੈਗਾ ਜਦ ਵਾਜਪੇਈ ਸਾਹਿਬ ਦੀ ਸਰਕਾਰ ਸੀਗੀ, ਔਰ ਇਹ ਉਸ ਦੋ ਚੀਫ ਮਿਨਿਸਟਰ ਦਾ ਸਟੈਂਡ ਬੜਾ ਉਸ ਟਾਈਮ ਕਮੈਂਡੇਬਲ ਸੀ। ਚੰਗੀ ਗੱਲ ਹੈ, ਕਾਰਗਿਲ ਕੰਪਨੀ ਜਿਹੜੀ ਹੈ ਉਹਨੇ ਉਸ ਵੇਲੇ ਮਤਲਬ ਜਿਹੜਾ ਇੱਥੇ ਮੰਡੀ ਬਣਾਉਣ ਵਾਸਤੇ ਪ੍ਰਪੋਜ਼ਲ ਭੇਜੀ ਸੀ, ਔਰ ਕਿਹਾ ਸੀ ਕਿ ਅਸੀਂ ਮਤਲਬ ਕਿਸਾਨਾਂ ਨੂੰ ਜਿਹੜੀ ਆ ਉਹ 2.5% ਪੈਸੇ ਵੱਧ ਦੇਵਾਂਗੇ। ਲੇਕਿਨ ਉਹਦੀ ਪ੍ਰਪੋਜ਼ਲ ਦੇ ਬਾਵਜੂਦ ਵੀ ਪੰਜਾਬ ਦਾ ਜਿਹੜਾ ਮਾਰਕੀਟਿੰਗ ਨੈਟਵਰਕ ਸੀ ਉਹਨਾਂ ਨੂੰ ਇੱਥੇ 5,000 ਬੋਰੀ ਮਿਲੀ ਸੀ, ਜਿੱਥੇ ਉਹ 50,000 ਬੋਰੀ ਦਾ ਪਹਿਲਾ ਟਾਰਗੇਟ ਲੈ ਕੇ ਆਏ। ਠੀਕ ਹੈ ਸ਼ਰਮਾ ਜੀ, ਤੁਸੀਂ ਇੱਕ ਗੱਲ ਕੀਤੀ ਹੈ ਕਿ ਬਾਦਲ ਸਾਹਿਬ ਨੇ ਉਦੋਂ ਸਟੈਂਡ ਲਿੱਤਾ ਸੀਗਾ ਵਾਜਪੇਈ ਸਾਹਿਬ ਦੇ ਦੌਰ 'ਤੇ, ਹੁਣ ਮੋਦੀ ਸਾਹਿਬ ਦਾ ਦੌਰ, ਤੁਹਾਨੂੰ ਲੱਗਦਾ ਕਿ ਬਾਦਲ ਸਾਹਿਬ ਦਾ ਉਹ ਸਟੈਂਡ ਹੈ ਮੋਦੀ ਸਾਹਿਬ ਮੰਨ ਲੈਣਗੇ? ਦੇਖੋ ਅੱਜ ਜਿਹੜਾ ਸਿਚੁਏਸ਼ਨ ਬਣ ਚੁੱਕੀ ਆ, ਅਗਰ ਤੁਸੀਂ ਉਹਨੂੰ ਫੋਲੋ ਕਰਦੇ ਆਏ ਹੋ, ਅੱਜ ਜਿਹੜੀ ਸਾਡੀ ਮੇਨ ਲਾਈਨ ਇਕਨੋਮਿਕ ਥਿੰਕਿੰਗ ਹੈ, ਜਿਹੜੇ ਮਤਲਬ ਹੈ ਨੀਤੀ ਆਯੋਗ, ਮਿਨਿਸਟਰੀ ਫਾਰ ਐਗਰੀਕਲਚਰ ਜਾਂ ਇਕਨੋਮਿਕ ਐਡਵਾਈਜ਼ਰੀ ਜਿਹੜੀ ਕੌਂਸਲ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ, ਉਹ ਸਭ ਦੀ ਇੱਕ ਸੋਚ ਬਣ ਚੁੱਕੀ ਹੈ ਕਿ ਬਈ ਜਦ ਤੱਕ ਇਹ ਮੋਨੋਪੋਲਿਸਟਿਕ ਟ੍ਰੇਡ ਜਿਹਨੂੰ ਕਹਿੰਦੇ ਹਾਂ ਅਸੀਂ ਪ੍ਰੋਕਿਓਰਮੈਂਟ, ਇਹਨੂੰ ਨਹੀਂ ਹਟਾਇਆ ਜਾਏਗਾ ਤਦ ਤੱਕ ਕਿਸਾਨ ਦਾ ਫਾਇਦਾ ਨਹੀਂ ਹੋਏਗਾ। ਔਰ ਅੱਜ ਉਹੀ ਜਿਹੜੀ ਸੋਚ ਦੇ ਐਕਸਪਰਟਸ ਹੈਗੇ ਆ ਉਹ ਅੱਜ ਡੋਮੀਨੇਟ ਕਰ ਰਹੇ ਆ ਉਸ ਲੜੀ ਵਿੱਚ। ਮੈਨੂੰ ਲੱਗਦਾ ਕਿ ਕੋਈ ਵੀ ਸਰਕਾਰ ਹੋਏਗੀ ਐਕਸਪਰਟਸ 'ਤੇ ਡਿਪੈਂਡ ਕਰਦੀ ਹੈ, ਔਰ ਅਗਰ ਐਕਸਪਰਟਸ ਹੀ ਐਡਵਾਈਸ ਇਹ ਜੀ ਦੇ ਰਹੇ ਹੈ ਤਾਂ ਮੈਨੂੰ ਲੱਗਦਾ ਕੋਈ ਆਪਸ਼ਨ ਜ਼ਿਆਦਾ ਬਚਦਾ ਨਹੀਂ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਰਾਜੇਵਾਲ ਸਾਹਿਬ ਜਿਹੜਾ ਅੱਜ ਪ੍ਰਯਤਨ ਹੈਗਾ ਇਹ ਬੜਾ ਇੰਪੋਰਟੈਂਟ ਹੈਗਾ ਕਿ ਜਿਹੜਾ ਉਹ ਸੋਚ ਬਣ ਚੁੱਕੀ ਹੈ ਸ਼ਾਇਦ ਉਹਦਾ ਇੱਕ ਆਲਟਰਨੇਟਿਵ ਖੜਾ ਹੋ ਜਾਏਗਾ ਲੋਕਾਂ ਦੇ ਜਿਹੜਾ ਓਪੀਨੀਅਨ ਜਿਹੜਾ ਮੇਕਿੰਗ ਵਿੱਚ ਕੰਮ ਆਉਂਦਾ ਹੈਗਾ, ਕਿਉਂਕਿ ਪਬਲਿਕ ਓਪੀਨੀਅਨ ਇਜ਼ ਵੈਰੀ ਇੰਪੋਰਟੈਂਟ। ਇਹ ਪਬਲਿਕ ਓਪੀਨੀਅਨ ਜਦ ਬਿਲਡ ਹੋਏਗਾ, ਜਨਰੇਟ ਹੋਏਗਾ, ਸ਼ਾਇਦ ਜਿਹੜਾ ਪੋਲੀਟੀਕਲ ਲੀਡਰਸ਼ਿਪ ਹੈ ਉਸ ਚੀਜ਼ ਨੂੰ ਧਿਆਨ ਦੇਣਾ ਪਏਗਾ। ਰਾਜੇਵਾਲ ਸਾਹਿਬ, ਸਿਰਫ ਜਦੋਂ ਮੈਂ ਸੁਣ ਰਿਹਾ ਸੀਗਾ ਦਵਿੰਦਰ ਜੀ ਨੂੰ, ਇਹਨਾਂ ਕੋਲ ਬੜੇ ਫੈਕਟ ਸੀਗੇ, ਇਹਨਾਂ ਨੇ ਕਿਹਾ ਕਿ ਦੇਸ਼ ਦੇ ਸਿਰਫ 6% ਕਿਸਾਨਾਂ ਤੱਕ MSP ਦਾ ਲਾਭ ਪਹੁੰਚਦਾ ਹੈਗਾ। ਉਸ ਸਾਰੇ ਮਾਮਲੇ ਦੇ ਵਿੱਚ ਜਦੋਂ ਤੁਸੀਂ ਉੱਥੇ ਲੋਕ ਧਰਨਾ ਪ੍ਰਦਰਸ਼ਨ ਵੀ ਕਰੋਗੇ, ਤੁਹਾਡੀ ਆਵਾਜ਼ ਦੇ ਨਾਲ ਖੜ੍ਹਨ ਵਾਲੇ ਕਿੰਨੇ ਲੋਕ ਹੋਣਗੇ? ਕਿਉਂਕਿ ਉੱਥੇ ਮੈਂਬਰ ਪਾਰਲੀਮੈਂਟ ਤਕਰੀਬਨ 100 ਦੇ ਨੇੜੇ ਹੋਣਗੇ ਜਿਹੜੇ ਕਿਸਾਨੀ ਪਿਛੋਕੜ ਦੇ ਜਾਂ ਕਿਸਾਨੀ ਮੁੱਦਿਆਂ ਨਾਲ ਜੁੜੇ ਆਪਦੇ ਆਪ ਨੂੰ ਕਹਿੰਦੇ ਹੈਗੇ ਆ। ਉਦੋਂ ਤੁਸੀਂ ਆਪਦੇ ਆਪ ਨੂੰ ਪੰਜਾਬ ਹਰਿਆਣਾ, ਕਿਉਂਕਿ ਹਰਿਆਣਾ ਦੇ ਵਿੱਚੋਂ ਓਨੀ ਆਵਾਜ਼ ਵੋਕਲ ਨਹੀਂ ਆ ਰਹੀ ਜਿੰਨੀ ਤੁਸੀਂ ਚੱਕ ਰਹੇ ਹੋ। ਨਹੀਂ, ਤੁਸੀਂ ਇਹਨੂੰ ਇਸ ਤਰ੍ਹਾਂ ਲਓ, ਦੇਖੋ ਜਿਹੜੇ 6% ਦੀ ਗੱਲ ਸ਼ਰਮਾ ਜੀ ਕਰਦੇ ਨੇ, ਇਹਨਾਂ ਦਾ ਹੀ ਵੱਡਾ ਸ਼ੇਅਰ ਹੈ ਸੈਂਟਰਲ ਪੂਲ ਦੇ ਵਿੱਚ, ਅਤੇ ਸਭ ਤੋਂ ਵਧੀਆ ਮਾਰਕੀਟਿੰਗ ਸਿਸਟਮ ਵੀ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਹੈ।
ਇਹਨਾਂ ਦੀ ਲੜਾਈ ਇੱਥੇ ਦੇ ਲੋਕਾਂ ਨੂੰ ਆਪ ਨੂੰ ਲੜਨੀ ਪਊਗੀ। ਜੇ ਇਹਨਾਂ ਦੋਹਾਂ ਸਟੇਟਾਂ ਦੀ ਨਹੀਂ ਸੁਣਨਗੇ ਤਾਂ ਫਿਰ ਇੱਕ ਵਾਰੀ ਫੂਡ ਕ੍ਰਾਈਸਿਸ ਪੈਦਾ ਹੋ ਸਕਦਾ ਜਿਹੜਾ ਹੋਰ ਕਿਸੇ ਸਟੇਟ ਨੇ ਨਹੀਂ ਕਵਰ ਕਰਨਾ। ਇਹ ਪੰਜਾਬ ਔਰ ਹਰਿਆਣੇ ਦੀ ਖੂਬੀ ਹੈ ਜਿੱਥੇ ਕਲਾਈਮੇਟ ਵੀ, ਪਾਣੀ ਵੀ, ਧਰਤੀ ਵੀ, ਹਿਊਮਨ ਰਿਸੋਰਸ ਵੀ, ਇਹ ਸਾਰੇ ਇਹਦੇ ਅਨੁਕੂਲ ਨੇ। ਤੋ ਏਡੀ ਕੋਈ ਘਬਰਾਉਣ ਵਾਲੀ ਗੱਲ ਨਹੀਂ। ਪੰਜਾਬ ਔਰ ਹਰਿਆਣਾ ਦੋਵੇਂ ਤੁਰ ਪਏ, ਇਹ ਆਪਣੀ ਲੜਾਈ ਕਾਫੀ ਨੇ। ਹਾਂ, ਤੁਰ ਪਊਗਾ ਕਿਉਂਕਿ ਉੱਥੇ ਪੋਲੀਟੀਕਲ ਡਿਮੈਂਸ਼ਨਸ ਹੋ ਰਿਹਾ, ਪੰਜਾਬ ਦੀਆਂ ਪੋਲੀਟੀਕਲ ਡਿਮੈਂਸ਼ਨਸ ਹੋ ਰਿਹਾ। ਦੇਖੋ ਜੀ, ਜਦੋਂ ਕਿਸੇ ਦੇ ਗਰਦਨ ਨੂੰ ਹੱਥ ਪਊਗਾ ਉਹਨੂੰ ਤੁਰਨਾ ਹੈ, ਜਦੋਂ ਉਹਨਾਂ ਦੇ ਘਰ ਨੂੰ ਪੈਸੇ ਨਹੀਂ ਜਾਣੇ, ਅੱਧ ਰਹਿ ਜਾਣਾ ਹੈ, ਅਤੇ ਉਹ ਤਾਂ ਆਪੇ ਭੱਜੇ ਫਿਰਨਗੇ। ਉਹ ਤਾਂ ਬਲਕਿ ਮੈਨੂੰ ਲੱਗਦਾ ਵੀ ਜੇ ਤੁਸੀਂ ਉੱਥੇ ਦੀ ਜਿਹੜੀ ਹੈਗੀ ਹੈ ਨਾ ਹਰਿਆਣੇ ਦੇ ਰਵਾਇਤ, ਰੀਤੀ ਰਵਾਇਤ ਉਹਨੂੰ ਦੇਖੋ, ਉਹ ਜਿਸ ਟੈਂਪਰਾਮੈਂਟ ਦੇ ਬੰਦੇ ਨੇ, ਜੇ ਉਹ ਤੁਰ ਪਏ ਤਾਂ ਊਂ ਵੀ ਬਸ 'ਚ ਨਹੀਂ ਆਉਂਦੇ, ਅਸੀਂ ਤਾਂ ਪੀਸਫੁੱਲ ਰਹਿ ਜਾਂਦੇ ਹਾਂ, ਉਹਨਾਂ ਨੇ ਪੀਸਫੁੱਲ ਵੀ ਨਹੀਂ ਰਹਿਣਾ। ਤੁਸੀਂ ਸਦਾ ਦੇ ਤਾ ਰਹਿਣ ਵਾਲਿਆਂ ਨੂੰ। ਅੱਛਾ ਕੁਤਾਰੀ ਸੰਧਵਾ, ਤੁਸੀਂ ਪਾਰਟੀ ਪਲੇਟਫਾਰਮ 'ਤੇ ਸਾਰੀ ਗੱਲਬਾਤ ਕਰ ਲਈ ਹੈ ਜਾਂ ਹਜੇ ਕਰਨੀ ਹੈ ਜੋ ਤੁਸੀਂ ਇੱਥੇ ਗੱਲਾਂ ਬੋਲੀਆਂ? ਨਹੀਂ, ਸਾਡੀਆਂ ਤਾਂ ਸਾਡੀ ਡਿਸਕਸ਼ਨ ਹੁੰਦੀਆਂ ਰਹਿੰਦੀਆਂ, ਔਰ ਮੈਂ ਕਿਸਾਨ ਵਿੰਗ ਦਾ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਪੰਜਾਬ ਦੇ ਵਿੱਚ, ਅਸੀਂ ਇਹ ਡੈਲੀਗੇਸ਼ਨ ਅਸੀਂ ਕਰਦੇ ਰਹਿੰਦੇ ਹਾਂ, ਔਰ ਹਰ ਤਰੀਕੇ ਨਾਲ ਅਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਲੜਾਈ ਆ ਉਹ ਵਿਧਾਨ ਸਭਾ 'ਚ ਵੀ ਲੜਾਂਗੇ, ਔਰ ਜੋ ਪ੍ਰੋਗਰਾਮ ਇੱਧਰੋਂ ਸਾਨੂੰ ਮਿਲੇਗਾ ਆਪਣੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ, ਅਸੀਂ ਤਾਂ ਸਾਨੂੰ ਪਤਾ, ਅਸੀਂ ਮੁਤਮਈਨ ਹਾਂ ਇਸ ਗੱਲ ਤੋਂ ਕਿ ਰਾਜੇਵਾਲ ਸਾਹਿਬ ਸਿਰਫ ਸਿਰਫ ਲੋਕਾਂ ਦੀ ਲੜਾਈ ਲੜਦੇ ਆ, ਔਰ ਉਹਦੇ 'ਚ ਅਸੀਂ ਨਾਲ ਸਾਥ ਦੇਵਾਂਗੇ। ਠੀਕ ਹੈ ਚੀਮਾ ਸਾਹਿਬ, ਇੱਕ ਦਵਿੰਦਰ ਜੀ, ਮੈਂ ਸਾਰੇ ਦਵਿੰਦਰ ਜੀ ਦੇ ਅੰਕੜੇ ਉਹਨਾਂ ਨੂੰ ਕੋਟ ਕਰ ਰਿਹਾ, ਰਾਜੇਵਾਲ ਸਾਹਿਬ ਨੇ ਵੀ ਜੋ ਅੰਕੜੇ ਦਿੱਤੇ ਉਹਨਾਂ ਨੂੰ ਕੋਟ ਕਰ ਰਿਹਾ। ਇਹਨਾਂ ਨੇ ਕਿਹਾ ਵੀ ਕਿਸਾਨ ਤਾਂ ਹੁਣ ਇਨਕਮ ਵਿੱਚ ਹਿੱਸਾ ਹੀ ਨਹੀਂ ਪਾ ਰਹੇ, GDP ਵਿੱਚ ਉਹਨਾਂ ਹਿੱਸਾ ਹੀ ਨਹੀਂ ਪਾ ਰਹੇ। ਜੋ ਰਿਪੋਰਟ ਇਹਨਾਂ ਦੱਸੀ 2016 ਦੀ ਨੀਤੀ ਆਯੋਗ ਦੀ, ਉਹਦੇ ਵਿੱਚ 4.44% ਦਾ ਜਿਹੜੀ ਹਰ ਸਾਲ ਕਿਸਾਨਾਂ ਦੀ ਆਮਦਨ ਗਰੋਥ ਹੈ ਜਿਹੜੀ ਉਹਨਾਂ ਦੱਸੀ ਹੈ, ਅਤੇ ਜੇ ਇਹਨਾਂ ਦੇ ਡਾਟੇ ਮੁਤਾਬਕ, ਇਹਨਾਂ ਦੇ ਕਈ ਮੁਤਾਬਕ ਨੀਤੀ ਆਯੋਗ ਦੀ ਰਿਪੋਰਟ ਨੂੰ ਮੰਨੀਏ, 7 ਸਾਲਾਂ ਵਿੱਚ 0 ਹੈ ਜਿਹੜੀ ਪਰਸੈਂਟ ਹੈ ਜਿਹੜੀ ਇਨਕਮ ਹੋਈ ਹੈ, ਅਤੇ ਉੱਥੇ ਤੁਸੀਂ ਕਿਸਾਨੀ ਨੂੰ ਕਿਵੇਂ ਬਚਾਓਗੇ ਜਿਹੜੀ ਸਰਕਾਰ ਇਹ ਸੋਚ ਚੁੱਕੀ ਹੈ, ਜਿੱਦਾਂ ਨੀਤੀ ਆਯੋਗ ਇਹ ਕਹਿ ਚੁੱਕਿਆ ਕਿ ਕਿਸਾਨਾਂ ਦੀ ਆਮਦਨ ਦਾ ਹੁਣ ਹਿੱਸਾ ਨਹੀਂ ਰਿਹਾ ਹੈਗਾ, ਪਰ ਅਸੀਂ ਕਹਿੰਦੇ ਹਾਂ ਸੈਂਟਰ ਕੋਲ ਦੇ ਸਭ ਤੋਂ ਜ਼ਿਆਦਾ ਹਿੱਸਾ ਸਾਡਾ, ਅਵਾਰਡ ਸਾਨੂੰ ਮਿਲਦਾ। ਥੋੜ੍ਹਾ ਮੈਂ ਕਰੈਕਟ ਕਰ ਦਿੰਦਾ, ਜੋ ਨੀਤੀ ਆਯੋਗ ਦੀ ਰਿਪੋਰਟ ਕਹਿੰਦੀ ਹੈ ਕਿ ਗਰੋਥ ਜਿਹੜੀ ਹੈ ਰੀਅਲ ਇਨਕਮ 'ਚ ਗਰੋਥ, ਉਹ 0.44% 5 ਸਾਲਾਂ ਵਿੱਚ ਰਹੀ ਹੈ, ਹਰ ਸਾਲ ਜਿਹੜੀ ਹਰ ਸਾਲ ਦੀ 0.44%, ਔਰ ਅਗਲੇ 2 ਸਾਲਾਂ ਵਿੱਚ 18-19 ਵਿੱਚ ਉਹ ਗਰੋਥ ਜਿਹੜੀ ਹੈ ਉਹ ਸਟੈਟਿਕ ਹੈ। ਗਰੋਥ ਇਹ ਮਤਲਬ ਇਹਨੇ ਕਿ ਬਿਲਕੁਲ ਇਨਕਮ 0 'ਤੇ ਆ ਗਈ ਹੈ, ਮਤਲਬ ਕਿ ਇਨਕਮ ਦੀ ਗਰੋਥ ਨਹੀਂ ਹੋਈ, ਵਾਧਾ ਨਹੀਂ ਹੋ ਰਿਹਾ ਨਾ, ਵਾਧਾ ਨਹੀਂ ਹੋ ਰਿਹਾ, ਸਟੇਬਲ ਆ, ਉੱਥੇ ਖੜੀ ਹੈ, ਖੜੀ ਹੈ, ਖੜੋਤ ਆ ਗਈ ਨਾ, ਬੇਸਿਕਲੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਨਾ। ਹਾਂ, ਗਰੋਥ ਇਸ ਟਾਈਮ ਸਟੇਬਲ ਹੋ ਗਈ ਜੀ। ਮੈਂ ਸਭ ਖੜੋਤ ਆ ਗਈ ਹੈ, ਅਤੇ ਉੱਥੋਂ ਉਦੋਂ ਕਿਸਾਨੀ ਨੂੰ ਕਿਵੇਂ ਕੱਟਿਆ ਜਾਊਗਾ? ਦੇਖੋ, ਇਸ ਤਰ੍ਹਾਂ ਸਰਕਾਰਾਂ ਇਹ ਸੋਚ ਚੁੱਕੀਆਂ, ਸਰਕਾਰਾਂ ਦੇ ਸਾਰੀ ਸਟੱਡੀ ਇਹ ਸਾਹਮਣੇ ਆ ਚੁੱਕੀ ਹੈ। ਹੁਣ ਇਹ ਵੀ ਗੱਲ ਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਅਰਥ ਸ਼ਾਸਤਰੀ ਆ ਉਹ ਹੋਰ ਤਰੀਕੇ ਨਾਲ ਸੋਚਦੇ ਆ, ਜਿਹੜੇ ਸ਼ਰਮਾ ਜੀ ਵਰਗੇ ਅਰਥ ਸ਼ਾਸਤਰੀ ਆ ਜਾਂ ਕੋਈ ਹੋਰ ਲੋਕ ਹੈ ਇੱਥੇ ਜਿਹੜੇ ਬੈਠੇ ਲੋਕ ਹੈ ਪੰਜਾਬ ਹਰਿਆਣਾ ਦੇ, ਉਹ ਕਿਸੇ ਹੋਰ ਤਰੀਕੇ ਸੋਚਦੇ। ਦੇਖੋ, ਮੈਂ ਤੁਹਾਨੂੰ ਜਿਸ ਤੱਕ ਗਰੋਥ ਦੀ ਗੱਲ ਹੈ ਉਹਦੇ ਬਾਰੇ ਇੰਨਾ ਜ਼ਰੂਰ ਦੱਸਣਾ ਚਾਹੁੰਦਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਖੇਤੀਬਾੜੀ ਸੈਕਟਰ 'ਚ ਜਿਹੜੀ ਡਿਵੈਲਪਮੈਂਟ ਹੋਈ, ਨਵੇਂ ਪਾਣੀ ਰਿਸੋਰਸਿਸ ਆਏ, ਬਿਜਲੀ ਆਈ, ਇਹਨਾਂ ਚੀਜ਼ਾਂ ਨਾਲ ਗਰੋਥ ਦਾ ਇੱਕ ਜਿਹੜਾ ਸੀ ਨਾ ਉਹ ਸਵਿੰਗ ਬਣੀ ਸੀ। ਹੁਣ ਪੰਜਾਬ ਹਰਿਆਣਾ ਜਿਹੜੇ ਦੇਸ਼ ਦੇ ਐਗਰੀਕਲਚਰ ਦਾ 60% ਅਨਾਜ ਪੈਦਾ ਕਰਦੇ ਨੇ, ਇਹ ਤਾਂ ਬਿਲਕੁਲ ਸਟੈਗਨੈਂਟ ਹੋ ਗਏ। ਮੈਂ ਕਹਿੰਦਾ ਪੰਜਾਬ ਦੀ ਗਰੋਥ ਤਾਂ ਸ਼ਾਇਦ ਜੇ ਆਪਾਂ ਹੁਣ ਹਿਸਾਬ ਲਵਾਂਗੇ ਨਾ ਤਾਂ ਹੋਰ ਵੀ ਘੱਟ ਗਈ, ਬਾਕੀ ਸੂਬਿਆਂ 'ਚ ਅਜੇ ਗਰੋਥ ਵੱਧ ਰਹੀ। ਸਾਡੀਆਂ ਸੁਈਸਾਈਡ ਵੀ ਤਾਂ ਹੀ ਅਸੀਂ ਵੱਧ ਗਈਆਂ। ਤੁਸੀਂ ਕਹਿ ਰਹੇ ਹੋ ਨਾ 60% ਹਿੱਸਾ ਬੋਲਿਆ, ਜਿਵੇਂ ਸਵਾਲ ਲੈ ਲਓ ਮੇਰੇ ਨਾਲ, ਤੁਸੀਂ ਕਹਿ ਰਹੇ 60% ਅਸੀਂ ਹਿੱਸਾ ਪਾਉਂਦੇ ਹਾਂ ਸੈਂਟਰ ਪੋਲ ਦੇ ਵਿੱਚ। ਸਵਾਲ ਹੈਗਾ ਜਿਹੜੇ ਇੱਥੇ ਤੁਸੀਂ ਡਿਸਕਸ਼ਨ ਕਰਦੇ ਪਏ ਸੀ ਉਦੋਂ ਇੱਕ ਗੱਲ ਆਈ ਹੈ ਕਿ ਹੁਣ ਪੰਜਾਬ ਦੇ ਕਿਸਾਨ ਜਾਂ ਹਰਿਆਣੇ ਦੇ ਕਿਸਾਨ, ਉਹਨਾਂ ਨੂੰ ਸੋਚਣਾ ਪਊਗਾ ਕਿ ਅਸੀਂ ਓਨਾ ਹੀ ਬੀਜਾਂਗੇ ਜਿੰਨੀ ਸਾਨੂੰ ਜ਼ਰੂਰਤ ਹੈ, ਦੇਸ਼ ਨੂੰ ਵੀ ਪਤਾ ਲੱਗ ਜਾਵੇ। ਤੁਸੀਂ ਕਿਸਾਨਾਂ ਨੂੰ ਇਹ ਗੱਲ ਕਹਿ ਸਕੋਗੇ? ਦੇਖੋ, ਇਹ ਇੱਕ ਪ੍ਰੋਟੈਸਟ ਹੈ, ਪਰ ਮੈਂ ਸਮਝਦਾ ਕਿ ਕਿਸਾਨ ਦੀ ਮਜਬੂਰੀ ਇਹ ਹੈ ਕਿ ਉਹਦੇ ਕੋਲ ਸਰਪਲਸ ਜਿਹੜੀ ਹੈਗੀ ਹੈ ਉਹ ਡੈਬਿਟ 'ਚ ਹੈ, ਸਰਪਲਸ 'ਚ ਨਹੀਂ ਹੈ। ਇਹ ਜਿਹੜੀ ਮਤਲਬ ਹੁੰਦੀ ਹੈ ਕਿ ਕਿਸੇ ਵੇਲੇ ਕਿਸੇ ਚੀਜ਼ ਨੂੰ ਆਪਾਂ ਥੋੜ੍ਹਾ ਰਿਟੇਨ ਕਰ ਲਈਏ, ਛੱਡ ਦਈਏ, ਸਹਿਮਤ ਹੋ ਜਾਂ ਨਹੀਂ ਇਸ ਆਰਗੂਮੈਂਟ ਨਾਲ? ਤੁਸੀਂ ਮੈਂ ਇਸ ਆਰਗੂਮੈਂਟ ਦੇ ਜਿਸ ਢੰਗ ਨਾਲ ਪੇਸ਼ ਕੀਤਾ ਗਿਆ ਉਸ ਨਾਲ ਮੈਂ ਸਹਿਮਤ ਹਾਂ ਕਿ ਹੋਸ਼ ਤਾਂ ਹੀ ਆਏਗੀ, ਪਰ ਪੋਸੀਬਿਲਿਟੀ ਮੈਨੂੰ ਨਜ਼ਰ ਇਸ ਕਰਕੇ ਨਹੀਂ ਆਉਂਦੀ ਕਿ ਕਿਸਾਨ ਦੀ ਸਮਰੱਥਾ ਨਹੀਂ ਹੈ ਕਿ ਉਹ ਮਤਲਬ ਜਿਹੜਾ ਹੈ ਉਹ ਫਸਲ ਛੱਡ ਕੇ ਆਪਣਾ ਗੁਜ਼ਾਰਾ ਕਰ ਸਕੇ। ਰਾਜੂ ਸਰ, ਸਾਡੇ ਕੋਲ ਕੋਈ ਹੋਰ ਬਦਲ ਨਹੀਂ ਹੈਗਾ ਜਾਂ
ਅਸੀਂ ਚਾਹੁੰਦੇ ਨਹੀਂ ਕਿ ਕਿਸਾਨੀ ਨੂੰ ਉਤਸ਼ਾਹਿਤ ਕਰ ਸਕੀਏ, ਅਸੀਂ ਕਿਸਾਨੀ ਦਾ ਪੱਧਰ ਉੱਚਾ ਚੱਕ ਸਕੀਏ, ਕਿਉਂਕਿ ਰੋਜ਼ ਸਾਡੇ ਕੋਲ ਅੰਕੜੇ ਆਉਂਦੇ, ਤੁਸੀਂ ਵੀ ਦੱਸ ਰਹੇ ਸੀਗੇ ਕਿ ਕਿਸਾਨੀ ਤੋਂ ਮੂੰਹ ਮੋੜਦੇ ਪਏ ਸਾਡੇ ਨੌਜਵਾਨ, ਉਹ ਬਾਹਰ ਜਾਣ ਨੂੰ ਤਰਜੀਹ ਦਿੰਦੇ ਪਏ ਆ, ਅਤੇ ਉਹ ਸਾਰੇ ਮਾਮਲੇ 'ਚ ਸਰਕਾਰਾਂ ਨੂੰ ਵੀ ਸਮਝ ਆ ਗਿਆ ਨਾ ਕਿ ਹੁਣ ਸਾਡਾ ਨੌਜਵਾਨ ਆ, ਇੱਥੇ ਵੀ ਮੈਂ ਨੌਜਵਾਨ ਨਹੀਂ ਦੇਖ ਪਾ ਰਿਹਾ, ਇੱਥੇ ਵੀ ਕੋਈ ਨੌਜਵਾਨ ਨਹੀਂ ਮੈਨੂੰ ਦਿਖਿਆ ਗਾ, ਤੁਸੀਂ ਨੌਜਵਾਨਾਂ ਤੱਕ ਗੱਲ ਕਿਉਂ ਨਹੀਂ ਪਹੁੰਚਾ ਪਾ ਰਹੇ? ਨਹੀਂ, ਇੱਕ ਗੱਲ ਸਮਝੋ, ਬਈ ਖੇਤੀ 'ਚ ਇੰਨਾ ਬੁਰਾ ਹਾਲ ਹੈ ਖੇਤੀ ਕਰਨ ਵਾਲੇ ਕਿਸਾਨਾਂ ਦਾ, ਸਾਡੀ ਨਵੀਂ ਪੀੜ੍ਹੀ ਦਾ ਉਤਸ਼ਾਹ ਹੀ ਮਰ ਗਿਆ, ਖੇਤੀ ਕਰਨਾ ਹੀ ਨਹੀਂ ਕੋਈ ਚਾਹੁੰਦਾ, ਉਹਨਾਂ ਨੂੰ ਆਪਣਾ ਫਿਊਚਰ ਇੱਥੇ ਸਿਕਿਓਰ ਨਜ਼ਰ ਨਹੀਂ ਆ ਰਿਹਾ, ਉਹ ਇੱਥੋਂ ਦੇ ਛੱਡ ਛੱਡ ਕੇ ਭੱਜੇ ਜਾ ਰਹੇ ਨੇ। ਮੈਂ ਤੁਹਾਡੇ ਪਿੱਛੇ ਦੇਖ ਰਿਹਾ ਤਾਂ, ਚਾਹੇ ਤੁਹਾਡੇ ਯੂਨੀਅਨ ਦੇ ਮੈਂਬਰ ਹੋਣ, ਚਾਹੇ ਆਮ ਕਿਸਾਨ ਹੋਣ, ਇਹਨਾਂ ਦੇ ਚਿਹਰਿਆਂ 'ਤੇ ਵੀ ਉਦਾਸੀ ਹੈ। ਨਹੀਂ, ਉਹ ਤਾਂ ਜਨਰਲੀ ਪੰਜਾਬੀਆਂ ਦੇ ਚਿਹਰੇ 'ਤੇ ਉਦਾਸੀ ਆ ਅੱਜ, ਕਿਉਂਕਿ ਸਾਰਿਆਂ ਨੂੰ ਲੱਗਦਾ ਵੀ ਸਾਡਾ ਫਿਊਚਰ ਜਿਹੜਾ ਉਹ ਸਿਕਿਓਰ ਨਹੀਂ ਹੈ, ਔਰ ਇਹ ਸਰਕਾਰਾਂ ਹੀ ਇਹਦੇ ਲਈ ਜ਼ਿੰਮੇਵਾਰ ਨੇ, ਚਾਹੇ ਅੱਜ ਵਾਲੀ NDA ਦੀ ਸਰਕਾਰ ਹੋਵੇ, ਚਾਹੇ UPA ਦੀ ਹੋਵੇ, ਇਹ ਲੰਬੇ ਸਮੇਂ ਤੋਂ ਜਿਹੜਾ ਸੁਕੀਜ਼ ਹੁੰਦਾ ਰਿਹਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ, 1986 'ਚ ਡਾਕਟਰ ਜੌਲ ਨੇ ਰਿਪੋਰਟ ਦਿੱਤੀ ਸੀ, ਉਦੋਂ ਸ਼ੁਰੂਆਤ ਹੋਈ ਸੀ ਇਹ ਕਿਸਾਨਾਂ ਨੂੰ ਘੱਟ ਪਾ ਦੇ ਕੇ ਲੁੱਟਣ ਦੀ, ਉਹਨਾਂ ਨੇ ਉਹਦੇ ਵਿੱਚ ਆਪਣੀ ਰਿਪੋਰਟ ਨੂੰ ਕੰਕਲੂਡ ਕੀਤਾ ਸੀ ਇਹ ਕਿ ਦੇਰ ਇਜ਼ ਏ ਕੰਟੀਨਿਊਸ ਸੁਕੀਜ਼ ਓਵਰ ਰੀਅਲ ਮਾਰਜਨ ਆਫ ਪ੍ਰੋਫਿਟ ਆਫ ਦ ਫਾਰਮਰਸ ਫੋਰ ਮੋਰ ਦੈਨ ਏ ਡੀਕੇਡ। 86 'ਚ ਮੋਰ ਦੈਨ ਏ ਡੀਕੇਡ, ਇਹਦਾ ਮਤਲਬ 70s ਤੋਂ ਸ਼ੁਰੂ ਹੋ ਗਿਆ ਸੁਕੀਜ਼, ਜਦੋਂ ਹਾਂ ਉਦੋਂ ਦੀ ਲੱਗੀ ਹੈ ਉਹਨਾਂ ਨੇ ਉਦੋਂ ਰਿਪੋਰਟ ਪੇਸ਼ ਕੀਤੀ। ਔਰ ਅਸਲ ਵਿੱਚ ਜਿਨ੍ਹਾਂ ਦਿਨਾਂ ਵਿੱਚ ਅਸੀਂ ਅੰਨ ਸੰਕਟ 'ਚ ਫਸੇ ਸੀ ਉਦੋਂ ਤਾਂ ਸਰਕਾਰ ਨੇ ਪਾ ਦਿੱਤੇ ਠੀਕ, ਜਦੋਂ ਉਹਨਾਂ ਦਾ ਘਰ ਪੂਰਾ ਹੋ ਗਿਆ ਇੱਕਦਮ ਉਸ ਸਿਚੋਵਰ ਦੂਸਰੇ ਪਾਸੇ ਕਰ ਗਏ, ਕਿਸਾਨਾਂ ਤੋਂ ਮੂੰਹ ਮੋੜ ਗਏ। ਅਤੇ ਅੱਜ ਦੀ ਤਰੀਕ ਵਿੱਚ ਸਥਿਤੀ ਇਹ ਹੈ ਵੀ ਜਿਹੜਾ ਸਿਰਫ ਖੇਤੀ ਕਰਦਾ ਹੈ ਉਹਦੀ ਮਾਲੀ ਹਾਲਤ ਇੰਨੀ ਮਾੜੀ ਹੈ, ਬਿਆਨ ਨਹੀਂ ਕੀਤੀ ਜਾ ਸਕਦੀ, ਸੁਇਸਾਈਡਸ ਐਵੇਂ ਨਹੀਂ ਹੋ ਰਹੀਆਂ, ਉਹਦੇ ਕੋਲ ਹੋਰ ਕੋਈ ਹੈ ਨਹੀਂ, ਅਤੇ ਉਹਦੀ ਜਿਹੜੀ ਉਹਦੇ ਜਿਹੜੇ ਬੱਚੇ ਨੇ ਉਹ ਜਦੋਂ ਜਾ ਕੇ ਬਾਪੂ ਸ਼ਾਮ ਨੂੰ ਗਿਣਤੀ ਮਿਲਤੀ ਦੱਸਦਾ ਮੈਂ ਅੱਜ ਆੜ੍ਹਤੀ ਤੋਂ ਇੰਨੇ ਪੈਸੇ ਲਿਆ, ਅੱਜ ਮੈਂ ਬੈਂਕ 'ਚ ਅੰਗੂਠਾ ਲਾਇਆ ਉੱਥੇ ਲਿਮਿਟ ਹੈ, ਕਦੇ ਆ ਕੇ ਦੱਸਦਾ ਵੀ ਮੈਂ ਪੈਸੇ ਵਾਪਸ ਕਰਨੇ ਸੀ, ਫਲਾਨਾ ਮੈਨੂੰ ਜ਼ਲੀਲ ਕਰਦਾ, ਉਹ ਫਿਰ ਕਹਿੰਦਾ ਵੀ ਬਾਪੂ ਤਾਂ ਸਾਰੀ ਉਮਰ ਕੰਮ ਕਰਕੇ ਕੁਛ ਇੱਥੇ ਬਚਿਆ ਨਹੀਂ, ਮੈਂ ਇੱਥੇ ਫਿਰ ਕੀ ਕਰਨਾ? ਉਹ ਕਹਿੰਦਾ ਬਾਪੂ ਕਿੱਲਾ ਵੇਚ ਮੈਨੂੰ ਬਾਹਰ ਨੂੰ ਭੇਜ ਦਿਓ, ਆਈਲੈਟਸ ਕਰਕੇ ਬਾਹਰ ਨੂੰ ਜਾਏ ਜਾ ਰਹੇ। ਸੋ ਸਾਰੇ ਓਵਰਆਲ ਪੰਜਾਬ ਦੇ ਜਿਹੜੇ ਲੋਕ ਨੇ, ਈਵਨ ਤੁਸੀਂ ਇਹ ਤੋਂ ਵੀ ਗਾਂਹ ਚਲੀ ਗਈ ਹੁਣ ਤਾਂ ਗੱਲ, ਜਿਹੜੀ ਬਿਜ਼ਨਸ ਕਮਿਊਨਿਟੀ ਉਹ ਵੀ ਇੱਥੋਂ ਦੇ ਹਾਲਾਤ ਹੈ ਜੇ, ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲੱਗ ਪਏ। ਪੰਜਾਬ 'ਚ ਮਾਯੂਸੀ ਹੈ, ਜਿਹੜੀ ਨਵੀਂ ਜਨਰੇਸ਼ਨ ਹੈ ਉਹਦਾ ਆਪਣੇ ਪਿਤਾ ਪੁਰਖੀ ਕੰਮ ਦੇ ਵਿੱਚ ਕੋਈ ਇੰਟਰਸਟ ਨਹੀਂ ਰਿਹਾ। ਠੀਕ ਹੈ ਰਾਜਵਾਲ ਸਾਹਿਬ, ਇੱਕ ਮੌਜੂਦਾ ਸਰਕਾਰ ਹੈ ਜਿਹੜੀ ਇੱਥੇ ਸੂਬਾ ਸਰਕਾਰ, ਕਿਉਂਕਿ ਅਕਸਰ ਅਸੀਂ ਖੇਤੀਬਾੜੀ ਨੂੰ ਸਟੇਟ ਸਬਜੈਕਟ ਮੰਨਦੇ ਰਹੇ ਹਾਂ, ਪਰ ਹੁਣ ਸਭ ਕੁਛ ਸੈਂਟਰ ਦੇ ਹੱਥ ਚਲਾ ਗਿਆ, ਤੁਸੀਂ ਵੀ ਇੱਥੇ ਚਰਚਾ ਕਰ ਰਹੇ ਸੀਗੇ, ਮੌਜੂਦਾ ਸਰਕਾਰ ਦਾ ਇਸ ਮਾਮਲੇ ਵਿੱਚ ਕੀ ਰੋਲ ਹੈ ਜਿਹੜਾ ਇਹ ਸਭ ਕੁਛ ਹੋ ਰਿਹਾ? ਬਦਕਿਸਮਤੀ ਕਹਿ ਸਕਦੇ ਹਾਂ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਕਿਸੇ ਮੁੱਦੇ 'ਤੇ ਵੀ ਸਟੈਂਡ ਨਹੀਂ ਲੈ ਰਹੀ, ਉਹ ਤਾਂ ਹਰ ਗੱਲ 'ਤੇ ਕੇਂਦਰ ਸਰਕਾਰ ਅੱਗੇ ਸਰੈਂਡਰ ਕਰ ਗਈ। ਵਜ੍ਹਾ ਉਹਨਾਂ ਦੀਆਂ ਪੋਲੀਟੀਕਲ ਮਜਬੂਰੀਆਂ ਨੇ, ਜਾਂ ਉਹਨਾਂ ਦੀਆਂ ਪਰਸਨਲ ਪੋਲੀਟੀਕਲ ਮਜਬੂਰੀਆਂ ਵੀ ਨੇ, ਉਹ ਇੰਨੀਆਂ ਨੇ ਵੀ ਉਹ ਫਸੇ ਫਸੇ ਮਹਿਸੂਸ ਕਰਦੇ ਨੇ, ਉਹ ਕਹਿੰਦੇ ਮੇਰੀ ਕੁਰਸੀ ਨਾ ਜਾਵੇ ਹੋਰ ਜੀ ਦਾ ਗੱਲ ਬਣਾਉਣਾ ਮੇਰੇ ਕੋਲ। ਤੁਸੀਂ ਪ੍ਰੋਟੈਸਟ ਇੱਥੋਂ ਸ਼ੁਰੂ ਕਿਉਂ ਨਹੀਂ ਕਰਦੇ ਪੰਜਾਬ ਤੋਂ? ਫਿਰ ਦਿੱਲੀ ਦੀ ਕਿਉਂ ਨਹੀਂ ਕਰਦੇ? ਦਿੱਲੀ ਦੀ ਗੱਲ ਕਰਦੇ, ਪੰਜਾਬ ਤੋਂ ਸ਼ੁਰੂ ਕਰੋ। 24 ਤਾਰੀਖ ਇੱਥੇ ਰੱਖਿਆ, ਹਾਂ 24 ਤਾਰੀਖ ਨੂੰ ਇੱਥੇ ਪ੍ਰੋਟੈਸਟ ਕਰ, ਪ੍ਰੋਟੈਸਟ ਸਟੇਟ ਗਵਰਨਮੈਂਟ ਦੇ ਖਿਲਾਫ ਹੈ ਜਾਂ ਦੋਨਾਂ ਦੇ ਖਿਲਾਫ ਹੈ? ਫਿਰ ਤੁਸੀਂ ਅੱਜ ਇੱਥੇ ਨੁਮਾਇੰਦੇ ਨਾਲ ਬਿਠਾਏ ਸੀ, ਉਹ ਆਣਗੇ ਉਸ ਪ੍ਰੋਟੈਸਟ ਵਿੱਚ? ਨਹੀਂ, ਉਹ ਅਸੀਂ ਉਹਦੇ ਵਾਸਤੇ ਨਹੀਂ ਇਹਨਾਂ ਨੂੰ ਸੱਦਿਆ, ਉਹ ਭਵਿੱਖ ਦੀ ਰਣਨੀਤੀ ਤੈਅ ਕਰਨ ਵਾਸਤੇ ਦੱਸਿਆ ਵੀ ਤੁਸੀਂ ਕੀ ਕਰੋਗੇ। ਪਤਾ ਸਾਨੂੰ ਤੁਹਾਡੇ ਕੋਲ ਤਾਂ ਬਦਲ ਖੁੱਲ੍ਹੇ, ਤੁਸੀਂ ਤਾਂ ਆ ਜਾਓ ਨਾ ਪ੍ਰੋਟੈਸਟ ਵਿੱਚ। ਅਸੀਂ ਤਾਂ ਨਾਲ ਹੀ ਹੁੰਦੇ ਹਾਂ ਕਿ ਅਸੀਂ ਤਾਂ ਹਰੇਕ ਜਿਹੜਾ ਦੋ ਪੱਖੀ ਜਿਹੜਾ ਐਕਸ਼ਨ ਹੁੰਦਾ ਕਿਸੇ ਵੀ ਜਥੇਬੰਦੀ ਦਾ ਪੰਜਾਬ ਵਿੱਚ, ਐਕਚੁਅਲੀ ਆਮ ਆਦਮੀ ਪਾਰਟੀ ਨੂੰ ਬਣਾਇਆ ਜਥੇਬੰਦੀਆਂ ਨੇ, ਸਾਡੇ ਕੋਲ ਉਹ ਜਿਹੜੀ ਉਹ ਸੋ ਕਾਲਡ ਜਿਹੜੀ ਪੱਕੀ ਪੋਲੀਟੀਕਲ ਜਮਾਤ ਹੈ ਉਹ ਆਮ ਆਦਮੀ ਪਾਰਟੀ 'ਚ ਨਹੀਂ ਹੈ, ਨਾ ਹੀ ਸਾਡਾ ਸਟੇਟ ਆਫ ਮਾਈਂਡ ਉਸ ਤਰ੍ਹਾਂ ਦੀ ਹੈ, ਨਾ ਹੀ ਅਸੀਂ ਉਸ ਤਰ੍ਹਾਂ ਸੋਚਦੇ ਹਾਂ। ਅਸੀਂ ਤਾਂ ਇਸੇ ਤਰ੍ਹਾਂ, ਸਾਡੀ ਲੜਾਈ ਇਹ ਹੈ ਵੀ ਅਸੀਂ ਲੋਕਾਂ ਨੂੰ ਲੋਕਾਂ ਦੇ ਹੱਕ ਲੈ ਕੇ ਦੇਣੇ ਆ, ਜਿਹੜਾ ਕਿ 70 ਸਾਲ ਤੋਂ ਪੋਲੀਟੀਕਲ ਕਲਾਸ, ਉਹ ਭਾਵੇਂ ਕਿਸੇ ਨੀਲੀ ਪੱਗ ਬੰਨਦੀ ਹੈ ਜਾਂ ਚਿੱਟੀ ਬੰਨਦੀ ਹੈ ਜਾਂ ਕੋਈ ਹੋਰ ਬੰਨਦੀ ਹੈ, ਉਹ ਸਾਰਿਆਂ ਨੇ ਇੱਕ ਦੂਜੇ ਨੂੰ, ਸੁਖਬੀਰ ਦਾ ਮਹਿਲ ਬਣ ਗਿਆ ਇੱਥੇ, ਕਿਸੇ ਕਿਸਾਨ ਦਾ ਕੌਲਾ ਨਹੀਂ ਲਿਪਿਆ ਗਿਆ, ਨਾਲ ਹੁਣ ਕੈਪਟਨ ਦਾ ਬਣ ਗਿਆ ਜੀ। ਮਤਲਬ ਇੱਥੋਂ ਤੁਸੀਂ ਦੇਖੋ ਨਾ, ਸਟੇਟ ਦੀ ਟਰਾਂਸਪੋਰਟ ਥੱਲੇ ਜਾ ਰਹੀ ਹੈ, ਸੁਖਬੀਰ ਦੀਆਂ ਬੱਸਾਂ ਵੱਧ ਰਹੀਆਂ, ਜਿਹੜੇ ਵੱਡੇ ਵੱਡੇ ਜਿੰਨੇ ਵੀ ਵੱਡੇ ਵੱਡੇ ਟਰਾਂਸਪੋਰਟਰ ਹਰੇਕ MLA, ਮਤਲਬ ਇਹ ਪੋਲੀਟੀਕਲ ਸਿਸਟਮ 'ਤੇ ਕਬਜ਼ਾ ਕੀਤਾ ਹੋਇਆ ਇਕੱਲੇ ਪੰਜਾਬ ਦੇ, ਸਾਰੇ ਦੇਸ਼ ਦਾ, ਇਹਦੇ ਖਿਲਾਫ ਹੀ ਆਮ ਆਦਮੀ ਪਾਰਟੀ ਆਈ ਹੈ। ਤੋ ਗੱਲ ਇੱਥੇ ਅੱਜ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰ ਰਹੇ ਹਾਂ,
MSP ਦੀ ਕਿਸਾਨੀ ਨੂੰ ਬਚਾਉਣ ਦੀ, ਉਹ ਕਿਸਾਨੀ ਵੀ ਤਾਂ ਬਚੂਗੀ ਜੇ ਪੋਲੀਟੀਕਲ ਪਾਰਟੀਆਂ ਅੱਗੇ ਆਈਆਂ, ਨਹੀਂ ਤਾਂ ਲੋਕਾਂ ਨੇ ਪੋਲੀਟੀਕਲ ਪਾਰਟੀਆਂ ਤੋਂ ਵੀ ਜਿਹੜੀਆਂ ਕਾਰਪੋਰੇਟ ਮਾਡਲ ਦੇ ਨਾਲ ਖੜੀਆਂ ਉਹਨਾਂ ਨੂੰ ਖਤਮ ਕਰ। ਤੁਸੀਂ ਇਹ ਗੱਲ ਮੰਨਦੇ ਹੋ ਕਿ ਜਿਹੜੇ ਵੱਡੇ ਕਾਰੋਬਾਰੀ ਆ ਜਿਹਨਾਂ ਬਾਰੇ ਤੁਸੀਂ ਕਹਿ ਰਹੇ ਹੋ ਉਹਦੇ ਕਰਕੇ ਕਿਸਾਨੀ ਆ ਜਿਹੜੇ ਉਹਦੇ ਸੰਕਟ ਖੜਾ ਹੋਇਆ? ਬਿਲਕੁਲ। ਚਿਮਾ ਸਾਹਿਬ ਇਸ 'ਤੇ ਕੋਈ ਕਮੈਂਟ ਕਰਨਾ ਚਾਹੋਗੇ ਤੁਸੀਂ ਕਿ ਪੰਜਾਬ ਦੇ ਵੱਡੇ ਘਰਾਣੇ ਨੇ ਜੋ ਸਿਆਸੀ ਘਰਾਣੇ ਆ ਜਾਂ ਕਾਰੋਬਾਰੀ ਘਰਾਣੇ ਆ ਉਹਨਾਂ ਨੇ ਪੰਜਾਬ ਦੇ ਕਿਸਾਨੀ ਦੇ ਲਈ ਸੰਕਟ ਖੜਾ ਕੀਤਾ? ਨਹੀਂ, ਮੈਂ ਦੇਖੋ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਪੰਜਾਬ ਦੇ ਸਿਆਸੀ ਘਰਾਣਿਆਂ ਦਾ ਕੋਈ ਇਸ ਪੰਜਾਬ ਦੀ ਕਿਸਾਨੀ ਨਾਲ ਰੋਲ ਹੈ। ਦੇਖੋ ਦੇਸ਼ ਫੈਡਰਲ ਹੈ ਪਰ ਇਹਨੂੰ ਫੈਡਰਲ ਸਮਝਿਆ ਨਹੀਂ ਜਾ ਰਿਹਾ। ਇਹਨੂੰ ਮਤਲਬ ਜਿਹੜਾ ਜਿੰਨੀਆਂ ਪੋਲਿਸੀਜ਼ ਬਣ ਰਹੀਆਂ ਨੇ ਸੈਂਟਰ ਹੁਣ ਸਾਰੀਆਂ ਸਟੇਟਾਂ ਨੂੰ ਜਿਹੜਾ ਹੈਗਾ ਉਹ ਮਤਲਬ ਇਸ ਤਰ੍ਹਾਂ ਦੀਆਂ ਪੋਲਿਸੀਆਂ ਬਣਾ ਰਿਹਾ ਕਿ ਸਟੇਟਾਂ ਜਿਹੜੀਆਂ ਨੇ ਸਾਰੀਆਂ ਮੇਰੇ 'ਤੇ ਡਿਪੈਂਡ ਹੋ ਜਾਣ ਔਰ ਇਹਦੇ ਵਾਸਤੇ ਸਟੈਂਡ ਲੈਣਾ ਜਿਹੜਾ ਉਹ ਸਟੇਟ ਦਾ ਕੰਮ ਹੁੰਦਾ ਹੈ। ਬਿਲਕੁਲ ਸੰਘੀ ਢਾਂਚੇ ਦਾ, ਤੁਸੀਂ ਤਾਂ ਫੈਡਰਲ ਸਿਸਟਮ ਦੀ ਸਭ ਤੋਂ ਵੱਡੀ ਗੱਲ ਕਰਨ ਵਾਲੀ ਪਾਰਟੀ ਹੋ ਤੁਸੀਂ, ਤੁਸੀਂ ਕਿਉਂ ਚੁੱਪ ਬੈਠੇ ਹੋ? ਨਹੀਂ ਦੇਖੋ ਇਸ ਵਿੱਚ ਸੰਘੀ ਢਾਂਚੇ ਦੇ ਜਿੱਥੇ ਤੱਕ ਮੰਗਾਂ ਦੀ ਗੱਲ ਹੈ ਸ਼ੰਭੂ ਬਾਰਡਰ ਤੋਂ ਬਾਅਦ ਜਾਂਦੇ ਹੋ ਉਹਦੇ ਉਹਦੇ ਵਿੱਚ ਸਾਡੀ ਪਾਰਟੀ ਹਮੇਸ਼ਾ ਤੋਂ ਲੈ ਕੇ ਰਾਜਾਂ ਨੂੰ ਵੱਧ ਅਖਤਿਆਰ ਦੀ ਮੰਗ ਕਰਦੀ ਹੈ ਔਰ ਅੱਜ ਵੀ ਉਸ ਗੱਲ ਦੇ ਉੱਤੇ ਦੇਖੋ MSP ਦੇ ਮੁੱਦੇ ਤੇ ਤੁਹਾਡੇ ਸਾਹਮਣੇ ਆ ਜਾਏਗਾ, ਪਾਰਲੀਮੈਂਟ 'ਚ ਵੀ ਸਾਡੀ ਪਾਰਟੀ ਦੇ ਨੁਮਾਇੰਦੇ ਬੋਲਣਗੇ ਔਰ ਮੈਨੂੰ ਕੋਰ ਕਮੇਟੀ ਫੈਸਲਾ ਕਰੂਗੀ, ਹਜੇ ਕੋਈ ਫੈਸਲਾ ਨਹੀਂ ਹੋਇਆ। ਮੈਂ ਕੋਰ ਕਮੇਟੀ ਵੀ ਤੁਹਾਡੇ ਸਾਹਮਣੇ ਆ ਜਾਏਗੀ ਲੇਕਿਨ MSP ਦਾ ਮੁੱਦਾ ਐਸਾ ਹੈ ਇਹ ਪੰਜਾਬ ਦੀ ਰੀਡ ਦੀ ਦੇਖੋ ਮੈਂ ਆਪਣੇ ਤੌਰ ਤੇ ਪਹਿਲਾਂ ਹੀ ਇਸ ਕਰਕੇ ਨਹੀਂ ਪੋਲੀਟੀਕਲ ਕਰਕੇ ਨਹੀਂ ਮੈਂ ਇਹ ਗੱਲ ਕਹੀ ਹੈ ਕਿ ਧਰਨਿਆਂ ਦਾ ਲੈਵਲ ਬਾਅਦ 'ਚ ਆਊਗਾ। ਪਹਿਲਾਂ ਸਾਨੂੰ ਜਦੋਂ ਹੁਣ ਸਾਡੀਆਂ ਤਿੰਨੇ ਪੋਲੀਟੀਕਲ ਪਾਰਟੀਆਂ ਉਰੇ ਆ ਗਈਆਂ ਤੇ ਇਹ ਤਿੰਨੇ ਭੁੰਦੜ ਸਾਹਿਬ ਇੱਕ ਮਿੰਟ ਸੁਣ ਤਾ ਲੋ ਨਾ ਸੁਣ ਲੋ ਇਦਾਂ ਨਾ ਕਰੋ ਜੀ ਜੀ ਚੀਮਾ ਭੁੰਦੜ ਸਾਹਿਬ ਇੱਥੇ ਗੱਲ ਕਹਿ ਗਿਆ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਉੱਥੇ ਧਰਨਾ ਮਾਰਨਾ ਚਾਹੀਦਾ ਹੁਣ ਉਹ ਆਪਦੇ ਪੱਧਰ ਤੇ ਜਾਖੜ ਸਾਹਿਬ ਨੇ ਕਿਹਾ ਹੈ ਜਾਖੜ ਸਾਹਿਬ ਜਾਖੜ ਸਾਹਿਬ ਨੇ ਭੁੰਦੜ ਸਾਹਿਬ ਭੁੰਦੜ ਸਾਹਿਬ ਨੇ ਨਹੀਂ ਕਿਹਾ ਉਹਨਾਂ ਨੇ ਕਿਹਾ ਅਸੀਂ ਵੀ ਮਤਲਬ ਜਿਹੜਾ ਹੈ ਤੁਹਾਡੇ ਨਾਲ ਆ ਉਸ ਮੁੱਦੇ ਤੇ ਪਰ ਮੈਂ ਸੁਝਾਅ ਇਹ ਦਿੰਦਾ ਇਹੀ ਤੇ ਜੀ ਮੈਂ ਸਮਝਣਾ ਚਾਹ ਰਿਹਾ ਹਾਂ ਮੇਰੇ ਤੋਂ ਗਲਤੀ ਹੋ ਗਈ ਨਹੀਂ ਫਿਰ ਤੁਸੀਂ ਇੱਕ ਚੀਜ਼ ਦੇਖੋ ਮੈਂ ਗਲਤੀ ਮੰਨ ਰਿਹਾ ਆਪਦੀ ਨੋ ਮੈਂ ਗਲਤੀ ਮੰਨ ਰਿਹਾ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਵੀ ਫਿਰ ਦਲੇਰੀ ਦੇਖੋ ਸਾਡੀ ਪਾਰਟੀ ਦੀ ਤੁਹਾਡੀ ਪਾਰਟੀ ਨਾਲ ਖੜੀ ਹੈ ਨਾ ਤੁਸੀਂ ਇਹ ਗੱਲ ਮੰਨਦੇ ਹੋ ਨਾ ਭਾਈਵਾਲ ਹੋਣ ਦੇ ਮਾਮਲੇ ਤੁਹਾਨੂੰ ਮੈਂ ਆਖਿਆ ਨਾ MSP ਦੇ ਮੁੱਦੇ ਦੇ ਉੱਤੇ ਜਿਹੜੀ ਸਟੈਂਡ ਲਵਾਂਗੇ ਤੇ ਸਾਡਾ MP ਕਹਿ ਗਿਆ ਇਹ ਗੱਲ ਸ਼ਰਮਾ ਜੀ ਮੈਂ ਚਲੋ ਡਿਬੇਟ ਦੇ ਆਖਰੀ ਹਿੱਸੇ ਵਿੱਚ ਹਾਂ ਸ਼ਰਮਾ ਮੈਨੂੰ ਇੱਕ ਚੀਜ਼ ਸਮਝਾਓ ਅਮਰੀਕਾ ਦੇ ਵਿੱਚ ਵੀ ਬੜੇ ਦਰਸ਼ਕ ਇਸ ਡਿਬੇਟ ਨੂੰ ਦੇਖਣਾ ਉਹਨਾਂ ਨੇ ਤੁਸੀਂ ਕਿਹਾ ਸੀਗਾ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਕਿਸਾਨ ਆ ਜਿਹੜੇ ਉਹ ਇਸ ਖੇਤੀਬਾੜੀ ਤੋਂ ਪਾਸੇ ਹੋ ਰਹੇ ਆ ਸਾਡੇ ਵੀ ਇੱਥੇ ਇਹੀ ਕ੍ਰਾਈਸਿਸ ਹੈਗਾ ਸਾਡੇ ਕੋਲ ਰਿਪੋਰਟਾਂ ਆਉਂਦੀਆਂ 10 ਲੱਖ ਕਿਸਾਨ ਖੇਤੀ ਛੱਡ ਕੇ ਜਾਂ ਨੌਜਵਾਨ ਖੇਤੀ ਨਹੀਂ ਕਰਨਾ ਚਾਹੁੰਦੇ ਅਤੇ ਅਸੀਂ ਫਿਰ ਕਿਹੜੇ ਮਾਡਲ ਨਾਲ ਵੱਧ ਰਹੇ ਹਾਂ? ਜੋ ਮੇਰਾ ਮਕਸਦ ਦੱਸਣ ਦਾ ਸੀਗਾ ਕਿ ਬਈ ਅਮਰੀਕਾ ਵਿੱਚ ਕਿਸਾਨ ਕਿਉਂ ਮਰ ਰਹੇ ਹੈ ਜਾਂ ਕੈਨੇਡਾ ਵਿੱਚ ਕਿਉਂ ਮਰ ਰਹੇ ਹੈ, ਯੂਰਪ 'ਚ ਕਿਉਂ ਮਰ ਰਹੇ ਹੈਗੇ ਹੈ, ਉਹ ਇਹ ਹੈ ਕਿ ਜੋ ਅਸੀਂ ਨੀਤੀਆਂ ਲੈ ਕੇ ਆ ਰਹੇ ਹਾਂ MSP ਸਿਸਟਮ ਨੂੰ ਜਦ ਅਸੀਂ ਡਿਸਮੈਂਟਲ ਕਰਨਾ ਹੈ, ਪ੍ਰੋਕਿਊਰਮੈਂਟ ਸਿਸਟਮ ਨੂੰ ਜਦ ਅਸੀਂ ਸੋਚ ਰਹੇ ਹਾਂ ਕਿ ਤੋੜ ਦਿੱਤਾ ਜਾਏ, ਤਾਂ ਉਸ ਟਾਈਮ ਜਿਹੜੀ ਨੀਤੀਆਂ ਲੈ ਕੇ ਅਸੀਂ ਆ ਰਹੇ ਹਾਂ ਕਿ ਬਈ ਕਾਰਪੋਰੇਟ ਐਗਰੀਕਲਚਰ ਹੋਏਗਾ ਜਾਂ ਕਮੋਡਿਟੀ ਟ੍ਰੇਡਿੰਗ ਹੋਏਗੀ, ਇਹ ਸਾਰੀ ਜਿਹੜੀ ਗੱਲਾਂ ਹੋ ਰਹੀਆਂ ਇਹ ਅਮਰੀਕਾ ਵਿੱਚ ਤਾਂ ਪੂਰੀਆਂ ਚੱਲ ਰਹੀਆਂ ਕਈ ਦਸ਼ਕਾਂ ਤੋਂ। ਜੇ ਉਹ ਸਿਸਟਮ ਅਮਰੀਕਾ ਵਿੱਚ ਨਹੀਂ ਕਾਮਯਾਬ ਹੋਇਆ ਔਰ ਅਮਰੀਕਾ ਵਿੱਚ ਇੰਨਾ ਸੀਰੀਅਸ ਕ੍ਰਾਈਸਿਸ ਹੈ ਕਿ ਬਈ 87% ਅਮਰੀਕਨ ਫਾਰਮਰਸ ਖੇਤੀ ਛੱਡਣਾ ਚਾਹੁੰਦੇ ਆ, ਹਾਲਾਂਕਿ 2% ਤੋਂ ਘੱਟ ਰਹਿ ਗਏ ਅਮਰੀਕਨ ਫਾਰਮਰਸ, ਉਹਨਾਂ 'ਚੋਂ ਵੀ 87% ਜਿਹੜੇ ਹੈਗੇ ਖੇਤੀ ਛੱਡਣਾ ਚਾਹੁੰਦੇ ਹੈਗੇ ਆ। ਇੰਨਾ ਕ੍ਰਾਈਸਿਸ ਗੰਭੀਰ ਹੈ, ਉੱਥੇ ਆਤਮਹੱਤਿਆ ਇੰਨੇ ਜ਼ੋਰ ਨਾਲ ਹੋ ਰਹੀਆਂ ਕਿ ਰੂਰਲ ਏਰੀਆਜ਼ ਦੀ ਆਤਮਹੱਤਿਆ ਅਰਬਨ ਏਰੀਆਜ਼ ਤੋਂ ਬਹੁਤ ਜ਼ਿਆਦਾ ਹੈ, 45% ਜ਼ਿਆਦਾ ਹੈ। ਇਹਦਾ ਮਤਲਬ ਸਾਫ਼ ਹੈ ਕਿ ਜੋ ਅਸੀਂ ਮਾਡਲ ਅਮਰੀਕਾ ਔਰ ਯੂਰਪ ਤੋਂ ਇੱਥੇ ਲੈ ਕੇ ਆ ਰਹੇ ਹੈਗੇ ਉਹ ਕਾਰਪੋਰੇਟ ਨੂੰ ਜ਼ਰੂਰ ਬੈਨੀਫਿਟ ਕਰਦਾ ਹੈਗਾ, ਲੇਕਿਨ ਉਹ ਕਿਸਾਨਾਂ ਨੂੰ ਮਾਰੇਗਾ ਜੋ ਕਿ ਜਿਸ ਤਰ੍ਹਾਂ ਯੂਰਪ ਔਰ ਅਮਰੀਕਾ ਵਿੱਚ ਉਹਨੂੰ ਨੁਕਸਾਨ ਕਰੇਗਾ। ਤਾਂ ਜੇ ਮਕਸਦ ਕਹਿੰਦਾ ਇਹ ਹੈ ਕਿ ਸਾਨੂੰ ਸਮਝਣਾ ਚਾਹੀਦਾ, ਸਾਨੂੰ ਸਚੇਤ ਹੋਣਾ ਚਾਹੀਦਾ ਕਿ ਅਸੀਂ ਜੋ ਪੋਲਿਸੀਆਂ ਲੈ ਕੇ ਆ ਰਹੇ ਹਾਂ ਉਹ ਗਲਤ ਹੈਗੀਆਂ, ਸਾਡੇ ਦੇਸ਼ ਵਾਸਤੇ ਸਾਨੂੰ ਆਪਣੀ ਇੰਟਰਨਲ ਦੇਖਣਾ ਪਏਗਾ ਕਿ ਕਿਹੜੀ ਚੀਜ਼ ਹੈ ਜਿਹੜੇ ਸਾਡੇ ਕਿਸਾਨਾਂ ਵਾਸਤੇ ਉਪਯੋਗੀ ਹੋ ਸਕਦੀ ਹੈ। ਅਸੀਂ ਉਹ ਜੀ ਨੀਤੀਆਂ ਲੈ ਕੇ ਆਈਏ ਜਿਹਦੇ 'ਚ ਇਨਵਾਇਰਮੈਂਟ ਵੀ ਬਚੇ ਔਰ ਸਸਟੇਨੇਬਲ ਐਗਰੀਕਲਚਰ ਹੋਏ, ਕਿਸਾਨ ਵੀ ਬਚੇ, ਅਸੀਂ ਇਹ ਚਾਹੁੰਦੇ ਹੈਗੇ ਹਾਂ। ਤਾਂ ਉਹ ਕਿਉਂ ਨਹੀਂ ਕਰ ਸਕਦੇ? ਜ਼ਰੂਰੀ ਹੈ ਕਿ ਸਾਨੂੰ ਹਰ ਚੀਜ਼ ਵਾਸਤੇ ਅਮਰੀਕਾ 'ਚ ਦੇਖਣਾ ਹੈਗਾ? ਕਿਉਂ ਨਹੀਂ ਅਸੀਂ ਸਾਡੀ ਸੋਚ ਇੰਨੀ ਮਾੜੀ ਤਾਂ ਨਹੀਂ ਹੈਗੀ ਕਿ ਅਸੀਂ ਆਪਣਾ ਐਗਰੀਕਲਚਰ ਨਹੀਂ ਠੀਕ ਕਰ ਸਕਦੇ, ਲੇਕਿਨ ਮੌਕਾ ਤਾਂ ਕੋਈ ਦੇ। ਸਾਰੀ ਪ੍ਰੋਬਲਮ ਇਹ ਕਿ ਅਸੀਂ ਬਲਾਈਂਡਲੀ ਉੱਥੋਂ ਨੀਤੀਆਂ ਫੋਲੋ ਕਰਦੇ ਹਾਂ। ਅਮਰੀਕਾ ਤਾਂ ਨਹੀਂ ਚਾਹੁੰਦਾ ਕਿ ਸਾਡੀ ਕਿਸਾਨੀ ਖਤਮ ਹੋ ਜਾਵੇ। ਦੇਖੋ ਅਮਰੀਕਾ 'ਚ ਵੈਸੇ ਖਤਮ ਹੈ, ਮੈਂ ਤੁਹਾਨੂੰ ਕਿਹਾ 2% ਪਾਪੂਲੇਸ਼ਨ ਅਗਰ ਉਹਨਾਂ ਦੀ ਖੇਤੀ ਵਿੱਚ ਰਹਿ ਗਈ ਸੀਗੀ, ਉਹਨਾਂ ਵਿੱਚੋਂ 87% ਛੱਡਣਾ ਚਾਹੁੰਦੀ, ਤਾਂ ਉਹਨਾਂ ਦਾ ਖੇਤੀ ਤਾਂ ਖਤਮ ਹੈ। ਉਹ ਕਾਰਪੋਰੇਟ ਕਰਦਾ ਉੱਥੇ, ਸਮਝਣ ਦੀ ਕੋਸ਼ਿਸ਼ ਕਰੋ ਕਿ ਉੱਥੇ ਕਾਰਪੋਰੇਟ ਦਾ ਬਾਕੀ ਜਿਹੜਾ ਐਗਰੀਕਲਚਰ ਉਹ 'ਤੇ ਕੰਟਰੋਲ ਹੈਗਾ। ਅਮਰੀਕਾ ਜਦ ਐਗਰੀਕਲਚਰ ਅਸੀਂ ਗੱਲ ਕਰਦੇ ਹਾਂ ਤਾਂ ਅਮਰੀਕਾ ਮਤਲਬ ਹੈ ਕਾਰਪੋਰੇਟ, ਜੇ ਕਿਸਾਨ ਦੀ ਗੱਲ ਕਰੀਏ ਤਾਂ ਅਮਰੀਕਾ ਮਤਲਬ ਕਾਰਪੋਰੇਟ, ਬੜੀ ਮਸ਼ੀਨਾਂ, ਬੜੇ ਬੜੇ ਕੰਪਨੀਆਂ। ਹਿੰਦੁਸਤਾਨ ਦਾ ਛੋਟਾ ਕਿਸਾਨ, 1 ਏਕੜ, 2 ਏਕੜ, 3 ਏਕੜ ਦਾ ਕਿਸਾਨ, ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਲੇਕਿਨ ਉਹ ਇਹ
ਇਹ ਸਾਨੂੰ ਸਮਝਣਾ ਜ਼ਰੂਰੀ ਹੈ। ਮੈਂ ਇਹੀ ਇਸ਼ਾਰਾ ਕਰ ਰਿਹਾ ਕਿ ਵੀ ਉਹ ਨੀਤੀਆਂ ਨਾ ਲੈ ਕੇ ਆਓ ਜਿਹੜੀਆਂ ਸਾਨੂੰ ਹੀ ਬਰਬਾਦ ਕਰਨ, ਜਿਹੜੇ ਅਮਰੀਕਾ ਨੂੰ ਕਰ ਚੁੱਕੇ ਹਾਂ। ਸ਼ਾਮਲੈਟ ਜ਼ਮੀਨਾਂ ਬਾਰੇ ਜਿਹੜੇ ਮਤੇ ਪਾਏ ਜਾ ਰਹੇ ਆ, ਜਿਹੜੀਆਂ ਚੀਜ਼ਾਂ ਹੋ ਰਹੀਆਂ, ਉਹ ਵੀ ਇਸੇ ਦਾ ਹੀ ਹਿੱਸਾ? ਦੇਖੋ, ਇਹ ਤਾਂ ਤੁਸੀਂ ਸਾਰੇ ਕੰਟਰੀ ਦੀ ਇਕਨੋਮਿਕ, ਜੋ ਮੈਂ ਤੁਹਾਨੂੰ ਪਹਿਲੇ ਕਿਹਾ ਸੀ, ਡਿਜ਼ਾਈਨ ਦੇਖੋ, ਉਹ ਕਾਰਪੋਰੇਟ ਕੰਟਰੋਲ ਸਭ ਜਗ੍ਹਾ। ਇੱਥੇ ਮੈਨੂੰ ਸਮਝ ਨਹੀਂ ਆਉਂਦਾ ਕਿ ਜਦ ਦਲਿਤ ਨੂੰ ਤੁਸੀਂ ਲੈਂਡ ਦੇ ਸਕਦੇ ਹੋ, ਜਦ ਉਹਨਾਂ ਦਾ ਉਪਯੋਗ ਹੁੰਦਾ ਹੈਗਾ, ਗਰੀਬ ਆਦਮੀ ਵਾਸਤੇ ਉਪਯੋਗ ਹੁੰਦਾ ਹੈਗਾ, ਸ਼ਾਮਲਾ ਜ਼ਮੀਨ ਦਾ ਜਿਹੜਾ ਪਰਪਸ ਹੁੰਦਾ, ਤੁਸੀਂ ਕਾਰਪੋਰੇਟ ਨੂੰ ਕਿਉਂ ਲਿਆ ਕੇ ਉਹ ਜ਼ਮੀਨ ਦੇ ਰਹੇ ਹੋਗੇ? ਇਹ ਇੱਕ ਤਰ੍ਹਾਂ ਦਾ ਮਾਫੀਆ ਜਿਹੜਾ ਕੰਟਰੋਲ ਜ਼ਮੀਨ 'ਤੇ ਕਰ ਰਿਹਾ, ਲੈਂਡ ਮੈਂ ਤੁਹਾਨੂੰ ਕਿਹਾ ਸੀਗਾ ਕਿਸਾਨ ਦੇ ਦੋ ਰੋਲ ਹੈਗੇ ਆ, ਜਾਂ ਤਾਂ ਉਹ ਵੋਟ ਬੈਂਕ ਹੈ ਜਾਂ ਲੈਂਡ ਬੈਂਕ ਹੈ। ਜੇ ਪਿੰਡਾਂ ਦੇ ਵਿੱਚ ਲੈਂਡ ਹੈਗੀ ਹੈ, ਉਹਨਾਂ ਪਰ ਸਭ ਦੀ ਨਜ਼ਰ ਹੈਗੀ ਹੈ। ਲੇਕਿਨ ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਹ ਜਿੰਨੇ ਫੋਕਲ ਪੁਆਇੰਟ, ਜਦ ਮੈਂ ਪੱਤਰਕਾਰ ਹੁੰਦਾ ਸੀ 30 ਸਾਲ ਪਹਿਲੇ, ਜਿਹੜਾ ਫੋਕਲ ਪੁਆਇੰਟ ਬਣੇ ਸੀ ਉਹ ਤਾਂ ਖਾਲੀ ਪਏ ਸੀਗੇ। ਇੱਕ ਫੋਕਲ ਪੁਆਇੰਟ ਤੋਂ ਬੰਦਾ ਚਲਾ ਜਾਂਦਾ, ਸ਼ਿਫਟ ਕਰ ਜਾਂਦਾ, ਦੂਜੇ ਨੂੰ ਤੁਸੀਂ ਦਿੰਦੇ ਹੋ, ਉਹ ਵੀ ਚਲੇ ਜਾਂਦੇ ਆ, ਉਹ ਕਿਸ ਨੂੰ ਪਤਾ ਹੀ ਨਹੀਂ, ਜ਼ਮੀਨ ਤਾਂ ਬਹੁਤ ਪਈ ਹੈ ਤੁਹਾਡੇ ਕੋਲ। ਤੁਸੀਂ ਕਿਸਾਨਾਂ ਦੀ ਜ਼ਮੀਨ ਦੇ ਉੱਪਰ ਕਿਉਂ ਇਸ਼ਾਰਾ ਕਰਦੇ ਹੋ? ਪਿੰਡਾਂ ਦੀ ਜ਼ਮੀਨ 'ਤੇ ਕਿਉਂ ਤੁਹਾਡੀ ਨਜ਼ਰ ਹੈਗੀ ਹੈ? ਸਮਝ ਨਹੀਂ ਆਉਂਦਾ। ਇਹ ਉਸੀ ਸੋਚ ਦਾ ਹਿੱਸਾ ਹੈਗਾ ਜਿਹਨੂੰ ਅਸੀਂ ਕਾਰਪੋਰੇਟ ਐਗਰੀਕਲਚਰ ਦੀ ਮਾਰਕੀਟ ਦੇ ਵਿੱਚ ਸਵਾਲ ਦਾ ਹੋਰ ਜਵਾਬ ਦੇ ਦਿਓ। ਲਛਮਣ ਜਾਂ ਪ੍ਰਤਾਪ ਸਿੰਘ ਕੈਰ ਵਰਗੇ ਮੁੱਖ ਮੰਤਰੀ ਲੋੜ ਆ ਪੰਜਾਬ ਨੂੰ? ਦੇਖੋ, ਮੈਂ ਲਛਮਣ ਸਿੰਘ ਜੀ ਦਾ ਐਗਜ਼ਾਮਪਲ ਤਾਂ ਦਿੱਤਾ ਸੀਗਾ, ਲਛਮਣ ਸਿੰਘ ਗਿੱਲ ਜਦ ਚੀਫ ਮਿਨਿਸਟਰ ਬਣੇ ਸੀਗੇ, ਇਹ MS ਰੰਧਾਵਾ ਸਾਹਿਬ ਨੇ ਕਿਹਾ ਸੀਗਾ। MS ਰੰਧਾਵਾ ਸਾਹਿਬ ਇੱਕ ਦੇਸ਼ ਦੀ ਬੜੀ ਬਹੁਤ ਬੜੀ ਸ਼ਖਸੀਅਤ ਸੀਗੀ। ਉਹਨਾਂ ਦਾ ਕਹਿਣਾ ਸੀਗਾ ਕਿ ਪੰਜਾਬ ਵਿੱਚ ਅਗਰ ਮੰਡੀਆਂ ਦਾ ਜਾਲ ਜਿਹੜਾ ਵਿਛਿਆ, ਉਹਨਾਂ ਦੇ ਨਾਲ ਸਭ ਤੋਂ ਇੰਪੋਰਟੈਂਟ ਚੀਜ਼ ਸੀਗੀ ਜਿਹੜੀ ਸੜਕਾਂ ਦਾ ਲਿੰਕ ਨਹੀਂ ਸੀਗਾ। ਉਹ ਲਛਮਣ ਸਿੰਘ ਗਿੱਲ ਸਾਹਿਬ ਨੇ ਸ਼ੁਰੂਆਤ ਕੀਤੀ ਸੀ, ਉਹ ਪ੍ਰੋਵੀਜ਼ਨ ਸ਼ੁਰੂ ਕੀਤਾ ਸੀ, ਦਿੱਤਾ ਸੀਗਾ। ਮੈਂ ਬਾਦਲ ਸਾਹਿਬ ਨੂੰ ਬਾਅਦ 'ਚ ਪੁੱਛਿਆ ਸੀਗਾ, ਬਾਦਲ ਸਾਹਿਬ ਨੇ ਕਿਹਾ ਤੁਸੀਂ ਬਿਲਕੁਲ ਠੀਕ ਕਿਹਾ, ਲਛਮਣ ਸਿੰਘ ਗਿੱਲ ਨੇ ਸ਼ੁਰੂ ਕੀਤਾ ਸੀਗਾ। ਉਹ ਅੱਜ ਉਸ ਨੈਟਵਰਕ ਕਰਕੇ ਹੈਗਾ ਜਿਹੜਾ ਪੰਜਾਬ ਅੱਜ ਆਪਣੀ ਪੋਜੀਸ਼ਨ 'ਤੇ ਖੜ੍ਹਾ ਹੈ। ਪੰਜਾਬ ਦਾ ਜਿਹੜਾ ਐਗਰੀਕਲਚਰ ਇੰਨਾ ਜ਼ਬਰਦਸਤ ਪਨਪ ਰਿਹਾ ਹੈ, ਉਹ ਉਸ ਨੈਟਵਰਕ ਕਰਕੇ, ਉਹ ਸਾਨੂੰ ਸਮਝਣ ਦੀ ਜ਼ਰੂਰਤ ਹੈ। ਸਾਨੂੰ ਅੱਜ ਐਸਾ ਚੀਫ ਮਿਨਿਸਟਰ ਚਾਹੀਦਾ ਜਿਹੜਾ ਵਾਪਸ ਐਗਰੀਕਲਚਰ 'ਤੇ ਫੋਕਸ ਕਰੇ, ਐਗਰੀਕਲਚਰ ਨੂੰ ਕਿਸ ਤਰ੍ਹਾਂ ਅਸੀਂ ਸੰਪੰਨ ਬਣਾਈਏ ਉਹਦੇ ਪਰ ਧਿਆਨ ਦੇ, ਔਰ ਐਗਰੀਕਲਚਰ ਅਗਰ ਹੋਏਗਾ ਤਾਂ ਸਾਰੇ ਦੇਸ਼ ਦੀ ਇਕਾਨਮੀ ਕਿਆ, ਪ੍ਰਦੇਸ਼ ਦੀ ਇਕਾਨਮੀ ਵੀ ਉਹਦੇ ਨਾਲ ਹੀ ਚਲੇਗੀ। ਠੀਕ ਹੈ ਚੀਫਾ ਸਾਹਿਬ, ਲਾਸਟ ਪੁਆਇੰਟ ਤੁਹਾਡਾ ਚਾਹੀਦਾ ਜੀ, ਕਿਹੜੇ ਨੋਟ 'ਤੇ ਮੈਂ ਡਿਬੇਟ ਖਤਮ ਕਰਾਂ? ਦੇਖੋ, ਕੁੱਲ ਮਿਲਾ ਕੇ ਮੈਂ ਇਹ ਚੀਜ਼ ਸਮਝਦਾ ਕਿ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਉਹਨਾਂ ਦੀ ਨਜ਼ਰ ਸਾਡੇ ਇਸ ਫੁੱਟਬਾਲ 'ਤੇ ਹੈ, ਔਰ ਸਾਨੂੰ ਸਮੁੱਚੇ ਪੰਜਾਬੀਆਂ ਨੂੰ, ਸਮੁੱਚੇ ਸਿਟੀਜਨ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ MSP ਬਚੀ ਰਹੇਗੀ ਤਾਂ ਸਾਡਾ ਸੂਬਾ ਬਚਿਆ ਰਹੇਗਾ, ਸਾਡੇ ਬਾਜ਼ਾਰ ਬਚੇ ਰਹਿਣਗੇ, ਸਾਡੇ ਰੁਜ਼ਗਾਰ ਬਚੇ ਰਹਿਣਗੇ। ਹਾਂ, ਇਸ ਬਾਰੇ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। MSP ਜਿਹੜੀ ਆ ਸਾਡੀ ਰੀੜ ਦੀ ਹੱਡੀ ਆ ਪੰਜਾਬ ਦੀ, ਇਹ ਕਿਸੇ ਵੀ ਕੀਮਤ 'ਤੇ ਅਗਰ ਡੈਮੇਜ ਹੋਏਗੀ ਤਾਂ ਪੂਰਾ ਸਟੇਟ ਪੈਰਾਲਾਈਜ਼ ਹੋ ਜਾਏਗਾ। ਖੁਦਾ ਸੰਗਰਾਮ, ਆਖਰੀ ਕਮੈਂਟਮੈਂਟ ਤੁਹਾਡੇ ਚਾਹੀਦੇ ਆ ਇਸ ਮਾਮਲੇ ਦੇ ਵਿੱਚ। ਆਮ ਆਦਮੀ ਪਾਰਟੀ ਦੇ ਜਿਹੜੇ MP ਹੈ, ਚਾਹੇ ਉਹ ਰਾਜ ਸਭਾ ਵਿੱਚ ਹੈ ਚਾਹੇ ਲੋਕ ਸਭਾ ਵਿੱਚ, ਤੁਹਾਡਾ ਇੱਕ MP ਹੈ, ਉਹ ਇਸ ਮੁੱਦੇ ਦੀ ਗੱਲ ਕਰਨਗੇ ਕਿਉਂਕਿ ਸੈਸ਼ਨ ਵੀ ਆਉਣ ਵਾਲਾ? ਬਿਲਕੁਲ ਕਰਨਗੇ ਜੀ, ਔਰ ਪੂਰਾ ਜ਼ੋਰ ਨਾਲ ਕਰਨਗੇ। ਉਹ ਇਹ ਨਹੀਂ ਵੀ ਗੱਲ ਮੁੱਦੇ ਦੀ ਕਰਨਗੇ, ਵੋਟ ਉਹਨਾਂ ਦੇ ਆ ਕੇ ਪਾਏ ਹੋਣਗੇ, ਐਸਾ ਨਹੀਂ। ਵੋਟ ਵੀ ਉਲਟ ਪਊਗੀ ਉਹਨਾਂ ਦੇ ਜੇ ਵੋਟਿੰਗ ਹੋਏਗੀ, ਅਤੇ ਜੇ ਕਿਤੇ ਬਾਏ ਚਾਂਸ ਕਿਤੇ ਮੰਤਰੀ ਬਣੇ ਹੁੰਦੇ ਸਾਡੇ, ਤਾਂ ਅਸੀਂ ਮੰਤਰੀ ਛੱਡ ਕੇ ਵੀ ਆ ਜਾਣਾ। ਠੀਕ ਹੈ ਸਮਝ, ਮੈਂ ਲਾਸਟ ਮਿੰਟ ਤੁਹਾਡੇ ਤੋਂ ਲਊਂਗਾ। ਰਾਜਵਲ ਸਾਹਿਬ, ਲਾਸਟ ਮਿੰਟ ਤੁਹਾਡੇ ਤੋਂ ਲੈ ਲਾਂ, ਤੁਹਾਨੂੰ ਲੱਗਦਾ ਕਿ ਇਸ ਮੁੱਦੇ ਦਾ ਹੱਲ ਹੈ ਜਿਹੜਾ ਐਂ ਸਾਂਝੇ ਬੈਠ ਕੇ ਹੋ ਸਕਦਾ, ਜਾਂ ਵਿਧਾਨ ਸਭਾ ਇਹਦਾ ਕੋਈ ਰਸਤਾ ਤਿਆਰ ਕਰ ਸਕਦੀ ਹੈ, ਜਾਂ ਪਾਰਲੀਮੈਂਟ ਵਿੱਚ ਇੱਥੋਂ ਕੋਈ ਮਤਾ ਜਾਊਗਾ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਮੋਰੈਂਡਮ ਅਸੀਂ ਦੇਣੇ ਆ, ਪ੍ਰਧਾਨ ਮੰਤਰੀ ਸਾਹਿਬ ਤੱਕ ਵੀ ਪਹੁੰਚਣੇ ਕਰਨੇ ਆ, ਗਵਰਨਰ ਸਾਹਿਬ ਦੇ ਤੁਸੀਂ ਥਰੂ ਮੈਮੋਰੈਂਡਮ ਦੇਣੇ ਆ, ਉਸ ਮੈਮੋਰੈਂਡਮ ਨਾਲ ਕੋਈ ਸਮੱਸਿਆ ਦਾ ਹੱਲ ਹੋ ਸਕਦਾ ਤੁਹਾਨੂੰ ਲੱਗਦਾ? ਨਹੀਂ, ਇਹ ਇੱਕ ਤਰੀਕਾ ਸੀ ਜਿਹੜਾ ਅੱਜ ਅਸੀਂ ਅਪਣਾਇਆ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ। ਇਹਦਾ ਮਤਲਬ ਇਹ ਨਹੀਂ ਵੀ ਇਹਦੇ ਨਾਲ ਹੀ ਮਸਲਾ ਹੱਲ ਹੋ ਜਾਣਾ, ਇੱਕ ਵੱਡੀ ਜਿਹੜੀ ਹੈ ਨਾ ਲੋਕ ਲਹਿਰ ਖੜੀ ਕਰਨੀ ਪਏਗੀ, ਉਹਦੇ ਲਈ ਅਸੀਂ ਲੱਗੇ ਹੋਏ ਹਾਂ, ਉਹ ਤੋਂ ਬਿਨਾਂ ਇਹ ਸਮੱਸਿਆ ਹੱਲ ਨਹੀਂ ਹੋਣੀ। ਇੱਕ ਮੈਮੋਰੈਂਡਮ ਨਾਲ ਵੀ ਨਹੀਂ ਹੱਲ ਹੋਣੀ, ਇਹਤੇ ਬਾਅਦ ਵੀ ਇਹਨੂੰ ਕੰਟੀਨਿਊ ਰੱਖਣਾ ਪਏਗਾ ਐਜੀਟੇਸ਼ਨ ਨੂੰ, ਅਤੇ ਜਦੋਂ ਸਾਰੇ ਲੋਕਾਂ ਦੀ ਸ਼ਮੂਲੀਅਤ ਹੋਈ ਫਿਰ ਕੋਈ ਸਰਕਾਰ ਸਾਨੂੰ ਦਬਾ ਨਹੀਂ ਸਕਦੀ। ਲਾਸਟ ਪੁਆਇੰਟ ਤੁਹਾਡੇ, ਮੈਂ ਡਿਬੇਟ ਨੂੰ ਐਂਡ ਕਰਨਾ ਚਾਹ ਰਿਹਾ ਅਤੇ ਕਿਹੜੇ ਨੋਟ 'ਤੇ ਐਂਡ ਕਰਾਂ, ਕਿਉਂਕਿ ਤੁਸੀਂ ਜਿੰਨਾ ਕੁਝ ਦੱਸਿਆ ਮੇਰੇ ਕੋਲ ਤੁਹਾਨੂੰ, ਮੈਂ ਅੰਕੜੇ ਬੋਲ ਵੀ ਨਹੀਂ ਪਾ ਰਿਹਾ ਜਿੰਨੇ ਅੰਕੜੇ ਤੁਸੀਂ ਦੱਸੇ ਆ। ਜਿਹੜੇ ਅੰਕੜੇ ਤੁਸੀਂ ਦੱਸ ਰਹੇ ਹੋ ਕਿ 76 ਰੁਪਏ ਕੁਇੰਟਲ ਕਣਕ ਹੁੰਦੀ ਸੀ 1970 ਦੇ ਵਿੱਚ, ਅਤੇ ਸਾਡੇ ਜਿਹੜੇ ਹੋਰ ਨੌਕਰੀ ਪੇਸ਼ਾ ਵਾਲੇ ਲੋਕ ਹੈ ਉਹਨਾਂ ਨੂੰ ਕਿੰਨਾ, ਕਿਸੇ ਨੂੰ 120% ਤੋਂ 150% ਤੱਕ ਵਾਧਾ ਮਿਲ ਗਿਆ, ਕਿਸੇ ਨੂੰ 280% ਤੱਕ ਵਾਧਾ ਮਿਲ ਗਿਆ, ਅਤੇ ਕਿਸਾਨੀ ਨੂੰ ਕਣਕ ਦੇ ਵਿੱਚ 19 ਗੁਣਾ ਵਾਧਾ ਮਿਲਿਆ ਸਰ। ਇਹ ਤਾਂ ਇੱਕ ਇਸ਼ੂ ਹੈ ਹੀ ਹੈ, ਲੇਕਿਨ ਤੁਹਾਡਾ ਜਿਹੜਾ ਮੋਸਟ ਇੰਪੋਰਟੈਂਟ ਜਿਹੜਾ ਸਵਾਲ ਪੁੱਛਿਆ ਤੁਸੀਂ, ਮੈਨੂੰ ਲੱਗਦਾ ਹੈ ਕਿ ਬਈ ਇਹ ਜੋ ਰਾਜੇਵਾਲ ਸਾਹਿਬ ਕਹਿ ਰਹੇ ਸੀਗੇ ਕਿ ਲਹਿਰ, ਲੋਕ ਲਹਿਰ ਬਣੇਗੀ ਕਿ ਨਹੀਂ ਬਣੇਗੀ, ਮੈਂ ਇੱਕ ਛੋਟਾ ਜਿਹਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਜੋ ਮੈਨੂੰ ਲੱਗਦਾ ਕਿ ਸਭ ਵਾਸਤੇ ਇੰਪੋਰਟੈਂਟ ਹੋਏਗਾ। ਮੈਂ ਇੰਡੀਆ ਅਗੇਂਸਟ ਕਰਪਸ਼ਨ ਦਾ ਫਾਊਂਡਰ ਮੈਂਬਰ ਹੈਗਾ, ਮੈਂ ਟੀਮ ਅੰਨਾ ਦਾ ਵੀ ਫਾਊਂਡਰ ਮੈਂਬਰ ਸੀਗਾ, ਔਰ ਮੈਂ ਉਸ ਟਾਈਮ ਦੇਖਿਆ ਸਾਨੂੰ
ਜਦ ਇੰਡੀਆ ਅਗੇਂਸਟ ਕਰਪਸ਼ਨ ਦੀ ਇਸ ਮੁਹਿੰਮ ਸ਼ੁਰੂ ਹੋਈ ਸੀਗੀ, ਮੈਨੂੰ ਤਾਂ ਕੋਈ ਵਿਸ਼ਵਾਸ ਨਹੀਂ ਸੀ ਨਾ ਸਾਡੇ ਅਰਵਿੰਦ ਨੂੰ ਜਾਂ ਅਰਵਿੰਦ ਕੇਜਰੀਵਾਲ ਜੀ ਨੂੰ ਜਾਂ ਕਿਰਨ ਬੇਦੀ ਨੂੰ, ਅਸੀਂ 5-6 ਜਿਹੜੇ ਮੈਂਬਰ ਸ਼ੁਰੂਆਤ ਕੀਤੀ ਹੈ, ਸਾਨੂੰ ਕੋਈ ਵਿਸ਼ਵਾਸ ਨਹੀਂ ਸੀਗਾ। ਲੇਕਿਨ ਇੱਕ ਚੀਜ਼ ਬੜੀ ਇੰਪੋਰਟੈਂਟ ਹੋਈ ਸੀਗੀ ਔਰ ਉਹ ਅਸੀਂ ਨਾ ਭੁੱਲੀਏ, ਉਹ ਸੀਗੀ ਕਿ ਮੀਡੀਆ ਜਿਹੜਾ ਹੈਗਾ ਉਹ ਇੰਨਾ ਜ਼ਬਰਦਸਤ ਸਪੋਰਟ ਮਿਲੀ ਸੀਗੀ ਕਿ ਸਾਰਾ ਦੇਸ਼ ਖੜ੍ਹਾ ਹੋ ਗਿਆ ਸੀਗਾ। ਅੱਜ ਵੀ ਕਿਸਾਨਾਂ ਦੇ ਮੁੱਦੇ 'ਤੇ ਅਗਰ ਮੀਡੀਆ ਸਾਨੂੰ ਉਸ ਤਰੀਕੇ ਨਾਲ ਸਪੋਰਟ ਕਰਦੇ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਪਾਰਲੀਮੈਂਟ ਰਾਤ ਨੂੰ ਬੈਠ ਕੇ ਉਹ ਪੂਰਾ ਡਿਸਾਈਡ ਕਰੇਗੀ ਕਿ ਕਿਸਾਨਾਂ ਦਾ ਕੀ ਹੋਣਾ ਚਾਹੀਦਾ। ਪ੍ਰੋਬਲਮ ਇਹ ਹੈ, ਪ੍ਰੋਬਲਮ ਇਹ ਹੈ ਕਿ ਮੀਡੀਆ ਨਹੀਂ ਖੜ੍ਹਾ ਹੁੰਦਾ। ਮੀਡੀਆ ਤੋਂ ਉਮੀਦ ਕਰ ਰਹੇ ਹੋ ਤੁਸੀਂ? ਮੈਂ ਉਹੀ ਮੀਡੀਆ ਦਾ ਹਿੱਸਾ ਬੈਠਾ ਜਿਹਨੇ ਅੰਨਾ ਹਜ਼ਾਰਾ ਅੰਦੋਲਨ ਕਵਰ ਕੀਤਾ ਸੀ, ਜਿੱਥੇ ਤੁਸੀਂ ਬੈਠੇ ਸੀਗੇ ਉਸੇ ਰਾਮਲੀਲਾ ਗਰਾਊਂਡ ਦੇ ਵਿੱਚ, ਉੱਥੇ ਤਿਹਾੜ ਜੇਲ੍ਹ ਦੇ ਬਾਹਰ ਰਾਤਾਂ ਅਸੀਂ ਵੀ ਕੱਟੀਆਂ ਹੋਈਆਂ, ਪਰ ਹੁਣ ਕਿਹੜੇ ਮੀਡੀਆ ਤੋਂ ਉਮੀਦ ਕਰਦੇ ਹੋ ਤੁਸੀਂ? ਮੈਂ ਇਹੀ ਕਹਿ ਰਿਹਾ ਕਿ ਜਿਸ ਤਰ੍ਹਾਂ ਉਸ ਟਾਈਮ 'ਤੇ ਮੀਡੀਆ ਖੜ੍ਹਾ ਹੋਇਆ ਸੀਗਾ, ਅੱਜ ਅਸੀਂ ਕਹਿੰਦੇ ਹਾਂ ਕਿ ਇਹ ਪੋਲੀਟੀਕਲ ਪਾਰਟੀਜ਼ ਇਕੱਠੀ ਹੋਣਗੀਆਂ, ਕਿਸਾਨ ਯੂਨੀਅਨ ਇਕੱਠੇ ਹੋਣਗੇ, ਆਪਾਂ ਸਭ ਐਕਸਪੈਕਟ ਕਰਦੇ ਹਾਂ, ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਕਿ ਮੀਡੀਆ ਇਕੱਠਾ ਹੋਏਗਾ, ਉਹ ਅੱਜ ਕਿਸਾਨਾਂ ਦੀ ਆਵਾਜ਼ ਨੂੰ ਅੱਗੇ ਲੈ ਕੇ ਜਾਏਗਾ, ਕਿਉਂਕਿ ਕਿਸਾਨ ਅਗਰ 60 ਕਰੋੜ ਦੇਸ਼ ਵਿੱਚ ਕਿਸਾਨ ਹੈਗੇ ਤਾਂ ਮੀਡੀਆ ਕਿਸ ਤਰ੍ਹਾਂ ਇਹਨਾਂ ਨੂੰ ਇਗਨੋਰ ਕਰ ਸਕਦਾ ਔਰ ਕਦ ਤੱਕ ਇਗਨੋਰ ਕਰ ਸਕਦਾ ਹੈਗਾ, ਇਹ ਸਾਨੂੰ ਬਹੁਤ ਮੀਡੀਆ ਦੀ ਇਕਜੁੱਟਤਾ 'ਤੇ ਮੈਂ ਪਹਿਲਾਂ ਮਾਫ਼ੀ ਮੰਗ ਲੈਣਾ ਮੈਂ ਮਾਫ਼ੀ ਮੰਗ ਰਿਹਾ, ਮੈਂ ਸਾਹਮਣੇ ਸਾਰੇ ਦਰਸ਼ਕਾਂ ਸਾਹਮਣੇ ਮਾਫ਼ੀ ਮੰਗ ਰਿਹਾ ਕਿ ਸਾਡਾ ਮੀਡੀਆ ਇਕਜੁੱਟ ਨਹੀਂ ਹੋ ਗਿਆ ਇਸ ਮੁੱਦੇ। ਤੁਸੀਂ ਇਹ ਦੇਖੋ ਕਿ ਤੁਸੀਂ ਤਾਂ ਮਾਫ਼ੀ ਮੰਗ ਲਈ, ਲੇਕਿਨ ਕਿਸਾਨਾਂ ਦਾ ਜਾਂ ਪੋਲੀਟੀਕਲ ਪਾਰਟੀਜ਼ ਦਾ ਕਿੰਨੀ ਅਪਰੋਚ, ਕਿੰਨੀ ਹਿੰਮਤ ਹੈ ਕਿ ਉਹ ਇਹ ਸਭ ਡਿਫਰੈਂਸਿਸ ਹੋਣ ਦੇ ਬਾਵਜੂਦ ਵੀ ਇਕੱਠੇ ਹੋਣ ਨੂੰ ਖੜ੍ਹੇ ਹੈਗੇ ਹੈ। ਮੈਨੂੰ ਲੱਗਦਾ ਕਿ ਸਭ ਨੂੰ ਇਕੱਠੇ ਹੋ ਕੇ ਚੱਲਣਾ ਪਏਗਾ, ਮੀਡੀਆ ਨੂੰ ਵੀ ਆਪਣਾ ਰੋਲ ਉੱਚ ਅਦਾ ਕਰਨ ਦਾ ਜ਼ਰੂਰ ਹੈ ਔਰ ਜ਼ਰੂਰਤ ਹੈ। ਰਾਜੇਵਾਲ ਸਾਹਿਬ, ਮੀਡੀਆ ਨੂੰ ਕੁਛ ਕਹਿਣਾ ਚਾਹੁੰਦੇ ਹੋ? ਹਾਂ, ਮੇਰੀ ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਮੀਡੀਆ ਬਹੁਤ ਵੱਡਾ, ਮੀਡੀਆ ਦਾ ਅਹਿਮ ਰੋਲ ਹੈ, ਮੀਡੀਆ ਚੌਥਾ ਥੰਮ ਹੈ ਡੈਮੋਕ੍ਰੇਸੀ ਦਾ। ਸਾਡੀ ਜਿਹੜੀ ਇਕੋਨਮੀ ਉਹ ਐਗਰੋ ਬੇਸਡ ਇਕੋਨਮੀ ਹੈ, ਇਹਦੇ ਨਾਲ 60 ਕਰੋੜ ਲੋਕਾਂ ਦਾ ਜਿਹੜਾ ਰੁਜ਼ਗਾਰ ਜੁੜਿਆ ਹੋਇਆ, ਐਡੀ ਵੱਡੀ ਗਿਣਤੀ 'ਚ ਲੋਕਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਮੀਡੀਆ ਨੂੰ ਅੱਗੇ ਆਉਣਾ ਚਾਹੀਦਾ। ਚਲੋ, ਬਹੁਤ ਧੰਨਵਾਦ ਚੀਮਾ ਸਾਹਿਬ ਤੁਹਾਡਾ, ਰਾਜੇਵਾਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਸੰਧੂ ਸਾਹਿਬ ਤੁਹਾਡਾ ਬਹੁਤ ਧੰਨਵਾਦ, ਦਵਿੰਦਰ ਸ਼ਰਮਾ ਜੀ ਤੁਹਾਡਾ ਬਹੁਤ ਧੰਨਵਾਦ। ਇਹ ਕਿਸਾਨਾਂ ਦੀ ਆਵਾਜ਼ ਆ ਜਿਹੜਾ ਇਹ ਪੈਨਲ ਬੈਠਾ ਹੋਇਆ, ਅਤੇ ਇਹ ਕਿਸਾਨਾਂ ਦੀ ਆਵਾਜ਼ ਕਿਸਾਨਾਂ ਤੱਕ ਲੈ ਜਾਣਗੇ, ਸਿਆਸਤਦਾਨ ਆਪਣੀਆਂ ਧਿਰਾਂ ਤੱਕ ਆਵਾਜ਼ ਲੈ ਜਾਣਗੇ, ਪਰ ਮੈਂ ਬਤੌਰ ਮੀਡੀਆ ਦੇ ਵਿੱਚ ਹੋਣ ਕਰਕੇ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਇਸ ਮੰਚ ਤੋਂ ਕਿ ਜੇ ਤੁਸੀਂ ਇਕੱਠੇ ਹੋਵੋਗੇ ਤਾਂ ਪੰਜਾਬ ਦੀ ਕਿਸਾਨੀ, ਦੇਸ਼ ਦੀ ਕਿਸਾਨੀ ਬਰਬਾਦ ਹੋਣੋਂ ਬਚ ਜਾਵੇਗੀ। ਜੇ ਤੁਸੀਂ ਸੋਚੋਗੇ ਕਿ ਕਿਸਾਨੀ ਆ ਜਿਹੜੀ ਉਹ ਸਾਡੇ ਲਈ ਵੋਟ ਬੈਂਕ ਨਹੀਂ ਹੈ, ਉਸ ਤੋਂ ਅੱਗੇ ਸਾਡੇ ਦੇਸ਼ ਦੀ ਵਿਕਾਸ ਦਰ ਦੇ ਵਿੱਚ ਹਿੱਸਾ ਪਾਉਣ ਵਾਲੀ ਕਿਸਾਨੀ ਹੈ, ਜੇ ਤੁਹਾਨੂੰ ਅੰਕੜੇ ਨਹੀਂ ਪਤਾ ਜਾਂ ਕਿਸਾਨੀ ਬਾਰੇ ਨਹੀਂ ਪਤਾ ਜਾਂ ਕਿਸਾਨੀ ਪਰਿਵਾਰ 'ਚ ਜੰਮੇ ਨਹੀਂ ਜਾਂ ਖੇਤਾਂ ਦੀਆਂ ਫਿਰਨੀਆਂ ਵਿੱਚ ਤੁਸੀਂ ਨਹੀਂ ਗਏ, ਤਾਂ ਤੁਹਾਡੇ ਕੋਲ ਵਿਦਵਾਨ ਬੈਠੇ ਆ, ਉਹਨਾਂ ਨੂੰ ਪੜ੍ਹ ਲਿਆ ਕਰੋ, ਉਹਨਾਂ ਨੂੰ ਸਮਝ ਲਿਆ ਕਰੋ। ਅਸੀਂ ਵੀ ਉਹਨਾਂ ਕੋਲੋਂ ਪੜ੍ਹ ਲਿਖ ਕੇ ਅੱਗੇ ਸਮਝ ਦੀ ਕੋਸ਼ਿਸ਼ ਕਰ ਰਹੇ ਪਏ ਹਾਂ ਕਿ ਕਿਸ ਤਰੀਕੇ ਇਸ ਮੁੱਦੇ ਨੂੰ ਅੱਗੇ ਰੱਖਿਆ ਜਾਵੇ। ਜੇ ਤੁਸੀਂ ਪੜ੍ਹਨਾ ਲਿਖਣਾ ਨਹੀਂ ਚਾਹੁੰਦੇ ਜਾਂ ਤੁਸੀਂ ਸਮਝਣਾ ਨਹੀਂ ਚਾਹੁੰਦੇ, ਇਹਨਾਂ ਮਤਲਬ ਤੁਸੀਂ ਉਸ ਧਿਰ ਨਾਲ ਖੜ੍ਹੇ ਹੋ ਜਿਹੜੀ ਕਿਸਾਨੀ ਬਰਬਾਦ ਕਰਨਾ ਚਾਹੁੰਦੀ ਹੈ, ਅਤੇ ਉਹ ਧਿਰ ਕਾਰਪੋਰੇਟ ਦੀ ਹਮਾਇਤੀ ਸਰਕਾਰਾਂ ਨੇ, ਅਤੇ ਜੇ ਤੁਸੀਂ ਅੱਜ ਇਹਨਾਂ ਦੀ ਨਹੀਂ ਸੁਣੋਗੇ ਤਾਂ ਕੱਲ੍ਹ ਨੂੰ ਇਹਨਾਂ ਨੇ ਵੀ ਇੱਥੇ ਪੈਨਲ ਦੇ ਵਿੱਚ ਕਿਹਾ ਜਿਵੇਂ ਇਹ ਭੁੱਖੇ ਮਰਨਗੇ ਤੁਸੀਂ ਵੀ ਭੁੱਖੇ ਮਰੋਗੇ। ਬਹੁਤ ਧੰਨਵਾਦ।